ਜੀ ਆਇਆਂ ਨੂੰ ਅੱਜ ਦਾ ਪ੍ਰੋਗਰਾਮ ਰਹੇਗਾ ਜੀ ਸ਼ਾਇਰੀ ਦੇ ਨਾਮ, ਯਾਨੀ ਕਿ ਅੱਜ ਦੇ ਇਸ ਪ੍ਰੋਗਰਾਮ 'ਚ ਸਾਡੇ ਮਹਿਮਾਨ ਨੇ ਇੱਕ ਪੰਜਾਬੀ ਦੇ ਬੜੇ ਉੱਘੇ ਉਸਤਾਦ ਸ਼ਾਇਰ, ਜਿਨ੍ਹਾਂ ਦੇ ਨਾਲ ਆਪਾਂ ਸ਼ਾਇਰੀ ਦੇ ਬਾਰੇ 'ਚ ਔਰ ਉਹਨਾਂ ਦੇ ਆਪਣੇ ਕੰਮ ਦੇ ਬਾਰੇ 'ਚ, ਉਹਨਾਂ ਦੇ ਆਪਣੀ ਜ਼ਿੰਦਗੀ ਦੇ ਹਵਾਲੇ ਨਾਲ ਗੱਲਾਂ ਬਾਤਾਂ ਕਰਾਂਗੇ। ਅਤੇ ਜਿਸ ਸ਼ਾਇਰ ਨੂੰ ਅੱਜ ਦਾਵਤ ਦਿੱਤੀ ਗਈ ਹੈ ਉਹਨਾਂ ਦੇ ਬਾਰੇ 'ਚ ਬਹੁਤ ਜ਼ਿਆਦਾ ਮੈਂ ਕੁਛ ਨਾ ਕਹਾਂ, ਸਿੱਧਾ ਉਹਨਾਂ ਤੋਂ ਹੀ ਜਾਣਾਂਗੇ, ਲੇਕਿਨ ਮੈਂ ਇੰਨਾ ਜ਼ਰੂਰ ਕਰਾਂਗਾ ਕਿ ਕਲਮ ਕਿਵੇਂ ਬਣਦੀ ਹਥਿਆਰ, ਦਿਖਾਈ ਜਾਵੇ ਰੌਸ਼ਨ ਕਿੱਥੇ ਕਿੱਥੇ, ਦੇਖ ਨਿਸ਼ਾਨੇ ਲਾਈ ਜਾਵੇ ਰੌਸ਼ਨ। ਗਜ਼ਲ ਨਹੀਂ ਹੁੰਦੀ ਕੇਵਲ ਹੁਸਨ ਇਸ਼ਕ ਦੀਆਂ ਗੱਲਾਂ, ਹਰ ਪੱਖ ਦੇ ਮਸਲੇ 'ਤੇ ਗਜ਼ਲ ਬਣਾਈ ਜਾਵੇ ਰੌਸ਼ਨ। ਬੇਬਾਕੀ ਉਸਦੀ ਕੀ ਕਹਿਣੇ, ਭੂਰਾ ਵੀ ਨਾ ਚਿਪਦਾ, ਹਿੱਕ ਠੋਕ ਸੱਚ ਕਹੇ ਨਾ ਘਬਰਾਈ ਜਾਵੇ ਰੌਸ਼ਨ। ਦੀਪਕ ਜੈਤੋਈ ਦੇ ਗਜ਼ਲ ਸਕੂਲੋਂ ਪੜ੍ਹਿਆ ਹੈ ਉਹ, ਹੁਣ ਦੀਪਕ ਵਾਂਗੂੰ ਹੀ ਰੰਗ ਜਮਾਈ ਜਾਵੇ ਰੌਸ਼ਨ। ਵੇਲੇ ਦਾ ਸੱਚ ਬਿਆਨੇ ਅਤੇ ਜਾਬਰ ਨੂੰ ਲਲਕਾਰੇ, ਕੀ ਹੁੰਦੀ ਸ਼ਾਇਰੀ ਪ੍ਰਤੱਖ ਦਿਖਾਈ ਜਾਵੇ ਰੌਸ਼ਨ। ਜੀਵਨ ਅੰਦਰ ਦੁਸ਼ਵਾਰੀਆਂ ਨੇ ਬੜਾ ਠਿੱਠ ਕੀਤਾ, ਬੇਬਸ ਕਰਕੇ ਉਹਨਾਂ ਨੂੰ ਮੁਸਕਾਈ ਜਾਵੇ ਰੌਸ਼ਨ। ਅਤੇ ਜਿਹੜੇ ਬੰਦੇ ਸਿਦਕੀ ਉਹ ਟੁੱਟਣ ਨਾ ਹਰਮੇਲ ਕਦੇ, ਸਭ ਨੂੰ ਇਹੋ ਜੀਵਨ ਜਾਚ ਸਿਖਾਈ ਜਾਵੇ ਰੌਸ਼ਨ। ਅਤੇ ਰੌਸ਼ਨ ਖੁਦ ਆਪਣੇ ਬਾਰੇ ਕੀ ਕਹਿੰਦੇ ਨੇ, ਉਹਨਾਂ ਦਾ ਖੂਬਸੂਰਤ ਸ਼ੇਅਰ ਹੈ ਕਿ ਕਬਰ ਵਿੱਚ ਪੈ ਕੇ ਕਹਾਉਣਾ ਪੀਰ ਨਾ ਮਨਜ਼ੂਰ ਹੈ, ਕਬਰ ਵਿੱਚ ਪੈ ਕੇ ਕਹਾਉਣਾ ਪੀਰ ਨਾ ਮਨਜ਼ੂਰ ਹੈ, ਮੈਂ ਜੁਝਾਰੂ ਗੀਤ ਦਾ ਇੱਕ ਅੰਤਰਾ ਹੀ ਠੀਕ ਹਾਂ। ਸੋ ਕਰਦੇ ਹਾਂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ, ਅਤੇ ਤੁਸੀਂ ਸਾਡੇ ਨਾਲ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਲਈ ਸਾਨੂੰ ਕਾਲ ਕਰ ਸਕਦੇ ਹੋ। ਕਾਲ ਕਰਨ ਲਈ ਤੁਸੀਂ ਡਾਇਲ ਕਰਨਾ ਸਾਡੇ ਬਠਿੰਡਾ ਸਟੂਡੀਓ ਦਾ ਨੰਬਰ, ਨੰਬਰ ਹੈ 9216410666, ਇਸੇ ਨੰਬਰ 'ਤੇ ਤੁਸੀਂ ਡਾਇਲ ਕਰਕੇ ਕਾਲ ਕਰ ਸਕਦੇ ਹੋ। ਸੋ ਰੌਸ਼ਨ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ ਜੀ, ਮੇਰੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਨੂੰ ਨਮਸਕਾਰ, ਅਦਾਬ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਰੌਸ਼ਨ ਸਾਹਿਬ ਗਜ਼ਲ ਦੇ ਉਸਤਾਦ ਸ਼ਾਇਰ ਨੇ, ਆਪਣਾ ਇਹਨਾਂ ਦਾ ਇੱਕ ਮੁਕਾਮ ਹੈ, ਸਥਾਨ ਹੈ, ਔਰ ਤੁਹਾਨੂੰ ਦੱਸ ਦੇ ਕਿ ਦੀਪਕ ਜੈਤੋਈ ਸਾਹਿਬ ਦਾ ਜੋ ਦੀਪਕ ਗਜ਼ਲ ਸਕੂਲ ਆ, ਉਸਦੇ ਦੀਪਕ ਸਾਹਿਬ ਦੇ ਜਾਨਸ਼ੀਨ ਨੇ। ਸੋ ਅੱਜ ਕੱਲ੍ਹ ਇਹ ਉਸਦੇ ਮੁਖੀ ਨੇ, ਆਪਣੇ ਜਿਹੜੇ ਸ਼ਾਗਿਰਦ ਨੇ ਬਹੁਤ ਸਾਰੇ ਇਹਨਾਂ ਦੇ, ਬਲਕਿ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਨੇ ਇਹਨਾਂ ਦੇ ਸ਼ਾਗਿਰਦ, ਜਿਨ੍ਹਾਂ ਨੂੰ ਇਸ ਵੇਲੇ ਇਹ ਜਿਹੜੀ ਰੌਸ਼ਨੀ ਹੈ ਉਹ ਦਿੰਦੇ ਨੇ, ਅਤੇ ਉਹਦੀ ਰੌਸ਼ਨੀ ਦੇ ਵਿੱਚ ਇਹਨਾਂ ਦੇ ਜਿਹੜੇ ਸ਼ਾਗਿਰਦ ਨੇ ਉਹ ਸ਼ਾਇਰੀ ਦੀ ਤਾਲੀਮ ਹਾਸਲ ਕਰਦੇ ਨੇ। ਸੋ ਰੌਸ਼ਨ ਸਾਹਿਬ, ਗੱਲ ਸ਼ੁਰੂ ਤੋਂ ਕਰੀਏ ਕਿ ਆਪਣੇ ਥੋੜ੍ਹਾ ਜਿਹਾ ਪਰਿਵਾਰਕ ਪਿਛੋਕੜ, ਆਪਣੇ ਜਨਮ ਬਚਪਨ ਨੂੰ ਕੁਛ ਤਾਜ਼ਾ ਕਰੋ। ਗੱਲ ਇਸ ਤਰ੍ਹਾਂ ਹਰਮੇਲ ਜੀ, ਕਿ ਮੇਰਾ ਜਿਹੜਾ ਜਨਮ ਹੈ ਉਹ ਪਿੰਡ ਲੜੋਆ ਜੀ, ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਹੋਇਆ। ਥੋੜਾ ਪਛੜੇ ਇਲਾਕੇ ਵਿੱਚ ਪਿੰਡ ਸੀ ਉਹ ਜੀ, ਤੇ ਮੇਰਾ ਕੋਈ ਪਰਿਵਾਰਕ ਜਿਹੜਾ ਪਿਛੋਕੜ ਹੈ ਕੋਈ ਸ਼ਾਇਰਾਨਾ ਨਹੀਂ ਸੀ। ਤੇ ਬਚਪਨ ਦੇ ਵਿੱਚ ਮੈਂ ਆਪਣੇ ਬਾਪ ਦੇ ਨਾਲ ਮੇਲਿਆਂ ਵਿੱਚ ਜਾਂਦਾ ਸਾਂ ਜੀ, ਤੇ ਉੱਥੇ ਕਵਾਲੀਆਂ ਸੁਣਨੀਆਂ, ਹੋਰ ਲੋਕ ਨਾਚ ਸੰਗੀਤ ਵਗੈਰਾ ਸੁਣਨਾ, ਤੇ ਕੁਛ ਦੁਕਾਨਾਂ ਲੱਗਦੀਆਂ ਹੁੰਦੀਆਂ ਸਨ ਮੇਲਿਆਂ ਵਿੱਚ, ਤੁਹਾਨੂੰ ਵੀ ਯਾਦ ਹੋਣਾ, ਅੱਜ ਕੱਲ ਵੀ ਲੱਗਦੀਆਂ ਜੀ। ਤੇ ਉੱਥੇ ਕਿੱਸੇ ਵਗੈਰਾ ਵਿਖਦੇ ਹੁੰਦੇ ਸੀ, ਕਿੱਸੇ ਖਰੀਦ ਕੇ ਪੜ੍ਹਨ ਦਾ ਮੈਨੂੰ ਬੜਾ ਸ਼ੌਕ ਰਿਹਾ ਜੀ। ਤੇ ਕੁਛ ਪੜ੍ਹਦਿਆਂ ਔਰ ਸੁਣਦਿਆਂ ਅੱਛੇ ਸੰਗੀਤ ਨੂੰ, ਤੇ ਮੇਰੇ ਮਨ ਵਿੱਚ ਵੀ ਕੁਛ ਖਿਆਲ ਜਾਂ ਕਹਿ ਲਓ ਕਿ ਕੁਛ ਬੀਜ ਫੁੱਟੇ ਜੀ, ਕਿ ਮੈਂ ਵੀ ਕੁਛ ਲਿਖ ਸਕਦਾ। ਮੈਂ ਉਦੋਂ ਬਚਪਨ ਵਿੱਚ ਹੀ ਸੀਗਾ ਜੀ, ਤੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ, ਜਦ ਕਿ ਛੋਟੇ ਛੋਟੇ ਬੱਚੇ ਇਹੋ ਜਿਹੀਆਂ ਗੱਲਾਂ ਨੂੰ ਬਹੁਤ ਘੱਟ ਮਹਿਸੂਸ ਕਰਦੇ ਆ ਜੀ। ਲੇਕਿਨ ਉਸ ਵੇਲੇ ਸ਼ਾਇਦ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਿਹੜਾ ਪਹਿਲਾ ਯੁੱਧ ਹੈ ਜੀ, ਉਹ ਲੱਗਿਆ ਹੋਇਆ ਸੀ, ਤੇ ਮੈਂ ਆਪਣੀ ਕਲਮ ਵਿੱਚ ਜਿਸ ਤਰ੍ਹਾਂ ਦੇ ਵੀ ਉਸ
ਉਸ ਸਮੇਂ ਮੈਨੂੰ ਸੁੱਜੇ ਸ਼ਬਦ ਜੀ ਉਹਨੂੰ ਕਵਿਤਾ ਰਾਹੀਂ ਮਤਲਬ ਪ੍ਰਗਟਾ ਕੇ ਜਿਹੜੇ ਆਪਣੇ ਹਾਵ ਭਾਵ ਉਹ ਮੈਂ ਆਪਣੀ ਬਾਲ ਸਭਾ ਦੇ ਵਿੱਚ ਸੁਣਾਉਂਦਾ ਹੁੰਦਾ ਸੀ ਜੀ। ਤੇ ਮੈਨੂੰ ਬੜਾ ਉਤਸ਼ਾਹ ਮਿਲਿਆ ਆਪਣੇ ਟੀਚਰ ਕੋਲੋਂ, ਤੇ ਉਸ ਜਿਹੜਾ ਉਤਸ਼ਾਹ ਸੀਗਾ ਉਹਨੇ ਮੈਨੂੰ ਮਤਲਬ ਇੱਕ ਰਸਤਾ ਵੀ ਦਿਖਾਇਆ ਜੀ। ਅੱਠਵੀਂ ਵਿੱਚ ਪੜ੍ਹਦਿਆਂ ਹੋਇਆ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਰਸਾਲਿਆਂ ਤੇ ਅਖਬਾਰਾਂ ਵਿੱਚ ਛਪਣ ਲੱਗ ਪਿਆ ਸੀ ਜੀ। ਤੇ ਦਸਵੀਂ ਵਿੱਚ ਪੜ੍ਹਦਿਆਂ ਹੋਇਆ ਮੈਂ ਆਕਾਸ਼ਵਾਣੀ ਜਲੰਧਰ ਦੇ ਯੋਗਬਾਣੀ ਪ੍ਰੋਗਰਾਮ ਵਿੱਚ ਆਪਣਾ ਕਵਿਤਾ ਪਾਠ ਜਿਹੜਾ ਹੈ ਉਹ ਪੇਸ਼ ਕਰਦਾ ਹੁੰਦਾ ਸੀ। ਅੱਛਾ। ਤੇ ਮੈਂ ਸਮਝਦਾ ਕਿ ਜਿਹੜਾ ਮੇਰਾ ਇਹ ਲਿਖਣਾ ਹੈ, ਮੇਰੀ ਸ਼ਾਇਰੀ ਹੈ, ਉਹ ਮੇਰੇ ਬਚਪਨ ਦੇ ਉੱਪਰ ਬਹੁਤ ਮੁਨਸਰ ਕਰਦੀ ਆ ਜੀ। ਤੇ ਇਹ ਮੈਂ ਬਚਪਨ ਤੋਂ ਹੀ ਜਿਹੜਾ ਹੈ ਇਹ ਜਿਹੜਾ ਸ਼ੌਕ ਹੈ ਮੇਰੇ ਵਿੱਚ ਰਿਹਾ। ਅੱਛਾ, ਸ਼ੁਰੂ ਦੇ ਵਿੱਚ ਗੀਤ ਲਿਖਦੇ ਸੀ, ਕੀ ਲਿਖਦੇ ਸੀ, ਨਜ਼ਮ ਲਿਖਦੇ ਸੀ? ਹਾਂ, ਸ਼ੁਰੂ ਵਿੱਚ ਮੈਂ ਗੀਤ ਲਿਖੇ ਜੀ, ਲੇਕਿਨ ਜਦੋਂ ਮੈਂ ਅਖਬਾਰਾਂ ਵਿੱਚ ਕੁਛ ਗਜ਼ਲਾਂ ਵਗੈਰਾ ਪਾਣੀਆਂ ਸ਼ੁਰੂ ਕੀਤੀਆਂ, ਹਾਲਾਂਕਿ ਜਿਹੜੀ ਗਜ਼ਲ ਸੈਂਸ ਹੈ ਜੀ ਉਹਦੇ ਪ੍ਰਤੀ ਮੇਰਾ ਆਕਰਸ਼ਣ ਨਹੀਂ ਸੀ ਹੁੰਦਾ। ਮੈਂ ਉਹਨੂੰ ਬਹੁਤ ਮੁਸ਼ਕਿਲ ਵਿਧਾ ਸਮਝਦਾ ਸੀ ਕਿ ਇਹ ਬੜੀ ਮੁਸ਼ਕਿਲ ਵਾ ਜੀ, ਔਰ ਉਸ ਵੇਲੇ ਖਾਸ ਤੌਰ ਤੇ ਉਰਦੂ ਗਜ਼ਲਾਂ ਹੀ ਜਿਹੜੀਆਂ ਸੁਣਨ ਵਿੱਚ ਆਉਂਦੀਆਂ ਸੀ, ਤੇ ਉਰਦੂ ਗਜ਼ਲ ਜਿਹੜੀ ਹੈਗੀ ਆ ਉਹ ਹੁਣ ਮੈਨੂੰ ਮਹਿਸੂਸ ਹੋਇਆ ਕਿ ਉਹਦਾ ਕੀ ਮੁਕਾਮ ਹੈ ਜੀ। ਉਸ ਵੇਲੇ ਉਰਦੂ ਗਜ਼ਲ ਬਾਰੇ ਬਹੁਤ ਜਾਣਕਾਰੀ ਵੀ ਨਹੀਂ ਹੁੰਦੀ ਸੀ, ਤੇ ਲੇਕਿਨ ਮੈਂ ਉਸਤਾਦ ਦੀਪਕ ਜਦੋਈ ਸਾਹਿਬ ਦੇ ਜਦੋਂ ਮੈਂ ਚਰਨਾਂ ਵਿੱਚ ਆਇਆ ਜੀ, ਜਦੋਂ ਮੈਂ ਉਹਨਾਂ ਨੂੰ ਆਪਣਾ ਉਸਤਾਦ ਧਾਰਿਆ ਤਾਂ ਫਿਰ ਜਿਹੜੀ ਇਹ ਚੇਤਕ ਹੈ ਮੇਰੀ ਗਜ਼ਲ ਲਿਖਣ ਦੀ ਹੋਰ ਵਿਕਾਸ ਕਰਦੀ ਗਈ। ਔਰ ਉਹਨਾਂ ਦਿਨਾਂ ਵਿੱਚ ਰੋਜ਼ਾਨਾ ਅਜੀਤ ਵਿੱਚ ਹਮਦਰਦ ਸਾਹਿਬ ਗਜ਼ਲ ਫੁਲਵਾੜੀ ਛਾਪਦੇ ਹੁੰਦੇ ਸੀ ਜੀ ਜੀ, ਤੇ ਉਹ ਗਜ਼ਲ ਫੁਲਵਾੜੀ ਨੇ ਬਹੁਤ ਗਜ਼ਲਕਾਰ ਪੰਜਾਬੀ ਦੇ ਪੈਦਾ ਕੀਤੇ। ਤੇ ਜਿਹੜੀ ਹਮਦਰਦ ਸਾਹਿਬ ਦੀ ਗਜ਼ਲ ਫੁਲਵਾੜੀ ਸੀਗੀ ਉਹਦੇ ਵਿੱਚ ਜਿਹੜੇ ਛਪਣ ਵਾਲੇ ਕੁਛ 14-15 ਹੀ ਗਜ਼ਲਕਾਰ ਸਨ। ਅੱਛਾ ਜੀ। ਉਸ ਵੇਲੇ ਇੰਨੀ ਗਿਣਤੀ ਨਹੀਂ ਸੀ ਗਜ਼ਲਕਾਰਾਂ ਦੀ, ਬਹੁਤ ਸੀਮਤ ਗਿਣਤੀ ਵਿੱਚ ਗਜ਼ਲ ਲਿਖਣ ਵਾਲੇ ਹੁੰਦੇ ਸੀ ਜੀ, ਤੇ ਜਿਹੜੇ ਅੱਜ ਕੱਲ ਉਸਤਾਦ ਦੀ ਮੁਕਾਮ ਰੱਖਦੇ ਆ। ਤੇ ਉਹ ਦੇਖਾ ਦੇਖੀ ਮੈਂ ਵੀ ਉਹਨਾਂ ਨੂੰ ਗਜ਼ਲ ਭੇਜਣੀ ਸ਼ੁਰੂ ਕੀਤੀ ਤੇ ਉਹ ਮੇਰੀਆਂ ਗਜ਼ਲਾਂ ਛਪਣ ਲੱਗ ਪਈਆਂ ਜੀ। ਤੇ ਜਦੋਂ ਕਿਸੇ ਸ਼ਾਇਰ ਨਵੇਂ ਸ਼ਾਇਰ ਨੂੰ ਛਪਣ ਦਾ ਮੌਕਾ ਮਿਲਣ ਦਾ ਉਤਸ਼ਾਹ ਹੋਰ ਵੱਧਦਾ ਬਿਲਕੁਲ, ਤੇ ਉਹਨੂੰ ਇੱਕ ਨਵੀਂ ਊਰਜਾ ਮਿਲਦੀ ਆ, ਨਵਾਂ ਵੇਗ ਮਿਲਦਾ ਜੀ। ਤੇ ਮੈਂ ਸਮਝਦਾ ਕਿ ਜਿਹੜਾ ਮੇਰੀ ਗਜ਼ਲ ਲੇਖਣ ਦਾ ਜਿਹੜਾ ਨੀਂਹ ਹੈਗੀ ਆ ਉਹ ਗਜ਼ਲ ਫੁਲਵਾੜੀ ਨੇ ਰੱਖੀ ਆ ਜੀ, ਤੇ ਜਿਹੜਾ ਉਹਨੂੰ ਨਿਖਾਰਿਆ ਹੈ ਉਹ ਮੇਰੇ ਉਸਤਾਦ ਸਾਹਿਬ ਨੇ ਨਿਖਾਰਿਆ। ਅੱਛਾ ਰੋਸ਼ਨ ਸਾਹਿਬ, ਫਿਰ ਦੀਪਕ ਸਾਹਿਬ ਦੇ ਸੰਪਰਕ ਵਿੱਚ ਕਿੱਦਾਂ ਆਏ ਤੇ ਕਦੋਂ ਆਏ? ਇਹ ਦੀਪਕ ਸਾਹਿਬ ਇਸ ਤਰ੍ਹਾਂ ਜੀ ਕਿ ਇਹ ਕਿਤੇ ਕਿਤੇ ਸਾਲਿਆਂ ਵਿੱਚ ਗਜ਼ਲਾਂ ਉੱਪਰ ਤਬਸਰਾ ਕਰਿਆ ਕਰਦੇ ਸਨ ਜੀ, ਤੇ ਤਨਕੀਦ ਕਰਦੇ ਸੀ, ਤੇ ਮੈਂ ਉਹ ਪੜ੍ਹਦਾ ਹੁੰਦਾ ਸੀ ਜੀ। ਮੈਂ ਮਹਿਸੂਸ ਕੀਤਾ ਕਿ ਜਿਹੜਾ ਮੈਨੂੰ ਮੇਰਾ ਰਹਿਬਰ ਹੈਗਾ ਉਹ ਦੀਪਕ ਸਾਹਿਬ ਹੀ ਹੋ ਸਕਦੇ ਆ ਜੀ, ਕਿਉਂਕਿ ਮੈਂ ਇਹ ਵੀ ਮਹਿਸੂਸ ਕੀਤਾ ਕਿ ਜਿਹੜਾ ਉਹਨਾਂ ਦਾ ਗਿਆਨ ਹੈਗਾ ਗਜ਼ਲ ਪ੍ਰਤੀ ਉਹ ਬਹੁਤ ਵਿਸ਼ਾਲ ਵਾ, ਤੇ ਮੈਂ ਜੇ ਇਹਨਾਂ ਦੇ ਸੰਪਰਕ ਵਿੱਚ ਆਇਆ ਤਾਂ ਜ਼ਰੂਰ ਜਿਹੜੀ ਮੇਰੀ ਗਜ਼ਲਕਾਰੀ ਹੈਗੀ ਉਹਦੇ ਵਿੱਚ ਨਿਖਾਰ ਆਏਗਾ ਜੀ, ਔਰ ਮੈਂ ਕਿਸੇ ਬੰਨੇ ਕਦੇ ਲੱਗ ਸਕਦਾ ਜੀ। ਤੇ ਮੈਂ ਫਿਰ ਉਹਨਾਂ ਨੂੰ ਚਿੱਠੀ ਰਾਹੀਂ ਬੇਨਤੀ ਕੀਤੀ ਕਿ ਮੈਂ ਤੁਹਾਨੂੰ ਉਸਤਾਦ ਧਾਰਨਾ ਚਾਹੁੰਦਾ, ਇਹ ਸ਼ਾਇਦ 72-73 ਜਾਂ 74 ਦੀ ਗੱਲ, ਇਹਨਾਂ ਕੁ ਦਿਨਾਂ ਦੀ ਗੱਲ ਵਾ, ਮੈਨੂੰ ਤੁਹਾਨੂੰ ਤਾਂ ਚੇਤੇ ਨਹੀਂ ਹੈ ਜੀ। ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੁਸੀਂ ਮੇਰੇ ਸ਼ਾਗਿਰਦੀ ਹੋ, ਮੈਂ ਕਹਿੰਦੇ ਮੈਂ ਰਸਮ ਅਦਾ ਕਰਨੀ ਚਾਹੁੰਦਾ, ਉਹ ਕਹਿੰਦੇ ਰਸਮ ਕਰ ਲਾਂਗੇ, ਤੁਸੀਂ ਮੈਨੂੰ ਆਪਣੀਆਂ ਗਜ਼ਲਾਂ ਭੇਜ ਦਿਆ ਕਰੋ ਜੀ।
ਤੇ ਉਹਨਾਂ ਦਿਨਾਂ ਵਿੱਚ ਫਿਰ ਮੈਂ ਜਲੰਧਰ ਦੇ ਸਮਾਗਮ ਦੇ ਵਿੱਚ ਜਿਹੜੀ ਰਸਮ ਵੀ ਅਦਾ ਕੀਤੀ। ਮੇਰੇ ਨਾਲ ਹੋਰ ਵੀ ਕੁਛ ਮੇਰੇ ਗੁਰ ਭਾਈ ਸੀ ਜੀ। ਤੇ ਉਹਨਾਂ ਦਿਨਾਂ ਵਿੱਚ ਜਿਹੜੀ ਇਸਲਾਹ ਸੀ ਗਜ਼ਲ ਦੀ ਨਾ, ਉਹ ਇਹ ਡਾਕ ਰਾਹੀਂ ਹੁੰਦੀ ਸੀ ਜੀ। ਅਸੀਂ ਖੁੱਲੀਆਂ ਖੁੱਲੀਆਂ ਗਜ਼ਲਾਂ ਲਿਖ ਕੇ ਕਾਗਜ਼ ਦੇ ਇੱਕ ਪਾਸੇ ਲਿਖ ਕੇ ਉਹ ਉਸਤਾਦ ਸਾਹਿਬ ਨੂੰ ਭੇਜ ਦਿੰਦੇ ਸੀਗੇ ਤੇ ਉਹ ਫਿਰ ਡਾਕ ਦਾ ਵੀ ਹਿਸਾਬ ਕਿਤਾਬ ਕੁਛ ਏਦਾਂ ਦਾ ਹੁੰਦਾ ਸੀ। ਅੱਜ ਕੱਲ੍ਹ ਵੀ ਏਦਾਂ ਦਾ ਹੀ ਹੈ ਤੇ ਉਹ ਫਿਰ ਗਜ਼ਲ ਨੂੰ ਸੋਧ ਕੇ ਥੱਲੇ ਕਮੈਂਟ ਲਿਖ ਕੇ ਜਿਹੜੀ ਆਪਣਾ ਕੋਈ ਰਾਏ ਦੇਣੀ ਹੈ ਰਾਏ ਦੇ ਕੇ ਫਿਰ ਉਹ ਗਜ਼ਲ ਸਾਨੂੰ ਵਾਪਸ ਕਰਦੇ ਸੀ। ਤੇ ਲੇਕਿਨ ਹੁਣ ਤਾਂ ਮੈਂ ਖੁਦ ਆਪਣੇ ਸ਼ਾਗਿਰਦਾਂ ਦੀਆਂ ਗਜ਼ਲਾਂ ਠੀਕ ਕਰਦਾ ਤੇ ਇਹ ਸਾਰਾ ਕੁਛ ਫੋਨ ਤੇ ਹੋ ਜਾਂਦਾ, ਉਹਨਾਂ ਨੇ ਸਮਾਂ ਨਿਰਧਾਰਿਤ ਕੀਤਾ ਹੁੰਦਾ ਤੇ ਗਜ਼ਲ ਬੋਲਦੇ ਆ, ਮੈਂ ਨਾਲ ਨਾਲ ਸਲਾਹ ਕਰੀ ਜਾਂਦਾ। ਯੁੱਗ ਬਦਲ ਗਿਆ, ਸਮਾਂ ਬਦਲ ਗਿਆ, ਬਿਲਕੁਲ ਬਿਲਕੁਲ, ਜ਼ਿੰਦਗੀ ਜੀਣ ਦਾ ਅੰਦਾਜ਼ ਬਦਲ ਗਿਆ, ਸ਼ਾਇਰੀ ਬਦਲ ਗਈ, ਗਜ਼ਲਕਾਰੀ ਬਦਲ ਗਈ ਜੀ। ਤੇ ਉਹ ਜਿਹੜਾ ਸਮਾਂ ਹੈ, ਲੇਕਿਨ ਉਹ ਸਮਾਂ ਬਹੁਤ ਨਿੱਘਾ ਸਮਾਂ ਸੀ, ਬੜਾ ਮੁਹੱਬਤ ਵਾਲਾ ਸਮਾਂ ਸੀ। ਸੋ ਬਿਲਕੁਲ ਦੀਪਕ ਸਾਹਿਬ ਨੂੰ ਅਸੀਂ ਖੁਦ ਦੇਖਿਆ ਜੀ ਕਿ ਸਵੇਰੇ ਜਾਂਦੇ ਸੀ ਅਰਲੀ ਮੋਰਨਿੰਗ ਸਦੇਹਾਂ ਹੀ, ਮਤਲਬ ਜਦੋਂ ਡਾਕਖਾਨਾ ਖੁੱਲ੍ਹਣ ਦਾ ਸਮਾਂ ਹੁੰਦਾ ਸੀ ਉਸੇ ਵੇਲੇ ਜਾ ਕੇ ਡਾਕਖਾਨੇ ਤੋਂ ਲੈ ਲੈਂਦੇ ਸੀ ਕਿ ਉਹ ਡਾਕੇ ਪਹੁੰਚਦਿਆਂ ਘੰਟਾ ਡੇਢ ਘੰਟਾ ਹੋਰ ਖਰਾਬ ਕਰੇਗਾ। ਇਸ ਲਈ ਤਾਂ ਸ਼ਾਮ ਨੂੰ ਸ਼ਾਮ ਵਾਲੀ ਡਾਕ ਨਿਕਲਣ ਤੋਂ ਪਹਿਲਾਂ ਫਿਰ ਵਾਪਸ ਡਾਕਖਾਨੇ ਜਾਂਦੇ ਔਰ ਸਾਰੀਆਂ ਚਿੱਠੀਆਂ ਪੋਸਟ ਕਰਕੇ ਆਉਂਦੇ। ਹਰਮੇਲ ਜੀ, ਇਸ ਤਰ੍ਹਾਂ ਕਿ ਦੀਪ ਸਾਹਿਬ ਦਾ ਕੋਈ ਜਵਾਬ ਨਹੀਂ ਜੀ, ਉਹਨਾਂ ਨੇ ਜਿੰਨਾ ਕੰਮ ਗਜ਼ਲ ਦੇ ਉੱਪਰ ਕੀਤਾ ਸਾਡਾ ਦੁਖਾਂਤ ਵਾ। ਪੰਜਾਬੀ ਗਜ਼ਲਕਾਰਾਂ ਦੇ ਵਿੱਚ ਧੜੇਬੰਦੀ ਜਿਹੜੀ ਹੈਗੀ ਆ ਉਹ ਬਹੁਤ ਬਹੁਤ ਜ਼ਿਆਦਾ ਹੈਗੀ ਆ ਜੀ। ਤੇ ਅਸੀਂ ਕਿਸੇ ਦੇ ਕੰਮ ਦੀ ਨਿਰਖ ਪਰਖ ਨਹੀਂ ਕਰਦੇ ਹੈਗੇ, ਅਸੀਂ ਮਤਲਬ ਆਲੋਚਨਾ ਲਈ ਆਲੋਚਨਾ ਕਰਦੇ ਹਾਂ ਜੀ। ਕਈ ਇਹ ਕਹਿੰਦੇ ਆ ਕਿ ਦੀਪਕ ਸਾਹਿਬ ਜੀ ਆਪਣੇ ਉਹ ਪਰੰਪਰਾਵਾਦੀ ਸੀ, ਯੇ ਹੈ ਵੋ ਹੈ, ਲੇਕਿਨ ਪਰੰਪਰਾਵਾਦੀ ਹੋਣਾ ਤਾਂ ਬਹੁਤ ਵਧੀਆ ਗੱਲ ਹੈ, ਉਹ ਇਸ ਗੱਲ ਨੂੰ ਸਮਝਦੇ ਨਹੀਂ ਹੈਗੇ ਜੀ। ਤੇ ਦੀਪਕ ਸਾਹਿਬ ਮੇਰਾ ਖਿਆਲ ਜੋ ਦੱਸਦੇ ਸੀ ਉਹ 2 ਵਜੇ ਉੱਠਦੇ ਸੀ ਤੇ ਗਜ਼ਲਾਂ ਬਹੁਤ ਆਈਆਂ ਹੁੰਦੀਆਂ ਸੀਗੀਆਂ ਤਾਂ ਫਿਰ ਉਹ ਇਕੱਲੀ ਇਕੱਲੀ ਗਜ਼ਲ ਨੂੰ ਦੇਖਦੇ ਸੀ, ਸਲਾਹ ਦਿੰਦੇ ਸੀ, ਫਿਰ ਉਹ ਪੋਸਟ ਕਰਦੇ ਸੀ। ਮੇਰਾ ਮਤਲਬ ਕਿ ਹੁਣ ਮੈਂ ਖੁਦ ਉਹਨਾਂ ਦੀ ਬਾਗਡੋਰ ਨੂੰ ਸੰਭਾਲ ਕੇ ਦੇਖਿਆ ਕਿ ਇਹ ਬੜਾ ਔਖਾ ਕਾਰਜ ਵਾ ਹੈ ਜੀ। ਉਸਤਾਦ ਹੋਣਾ, ਉਸਤਾਦ ਹੋਣਾ ਸਭ ਨਾਲੋਂ ਮੁਸ਼ਕਲ ਵਾ ਜੀ, ਕਿਉਂਕਿ ਆਪਣੇ ਆਪਣੇ ਟਾਈਮ ਦੇ ਵਿੱਚ ਟਾਈਮ ਦੇਣਾ ਆਪਣੇ ਸ਼ਾਗਿਰਦਾਂ ਨੂੰ ਜੀ, ਉਹਨਾਂ ਨੂੰ ਸਲਾਹ ਦੇਣੀ, ਆਪਣਾ ਜਿਹੜਾ ਹੈ ਆਪਣੀ ਸ਼ਾਇਰੀ ਦਾ ਨੁਕਸਾਨ ਵੀ ਕਰਨਾ, ਇਹ ਇੱਕ ਉਸਤਾਦ ਦੀ ਬੜੀ ਵੱਡੀ ਕੁਰਬਾਨੀ ਹੁੰਦੀ ਹੈ ਜੀ। ਇਹ ਜਦੋਂ ਮੈਂ ਖੁਦ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਉਸਤਾਦ ਸਾਹਿਬ ਕਿੰਨੀ ਕੁਰਬਾਨੀ ਕਰਦੇ ਰਹੇ ਆਪਣੇ ਸ਼ਾਗਿਰਦਾਂ ਵਾਸਤੇ ਜੀ। ਜੀ ਰੋਸ਼ਨ ਸਾਹਿਬ, ਤੁਸੀਂ ਦੱਸਿਆ ਕਿ ਸ਼ੁਰੂ 'ਚ ਤੁਸੀਂ ਗੀਤ ਲਿਖਦੇ ਸੀ, ਗੀਤ ਤੁਹਾਡੇ ਕੁਛ ਰਿਕਾਰਡ ਵੀ ਹੋਏ ਨੇ? ਹਾਂ ਜੀ, ਮੇਰੇ ਜਿਹੜੇ ਗੀਤ ਹੈਗੇ, ਦਰਅਸਲ ਮੈਂ ਮੇਰੇ ਵਿੱਚ ਇੱਕ ਕਮਜ਼ੋਰੀ ਰਹੀ ਹੈ ਕਿ ਮੈਂ ਕਦੀ ਵੀ ਕਿਸੇ ਗਾਇਕ ਤੱਕ ਪਹੁੰਚ ਨਹੀਂ ਕਰਦਾ। ਕੋਈ ਜਿਹੜਾ ਗਾਇਕ ਹੈ ਮੇਰੇ ਤੱਕ ਮੇਰੇ ਕੋਲ ਆ ਜਾਏ ਤਾਂ ਮੈਂ ਉਹਨੂੰ ਖਾਲੀ ਵੀ ਨਹੀਂ ਮੋੜਦਾ, ਨਾ ਇਹ ਮੈਂ ਰਿਕਾਰਡਿੰਗ ਨੂੰ ਆਪਣੀ ਕੋਈ ਮੰਜ਼ਲ ਸਮਝਿਆ ਜੀ, ਨਾ ਛਪਣ ਨੂੰ ਰਿਕਾਰਡਿੰਗ ਨੂੰ ਜਾਂ ਕੋਈ, ਇਹ ਜਿਹੜੀਆਂ ਗੱਲਾਂ ਹੈਗੀਆਂ ਬਹੁਤ ਵਕਤੀ ਹੁੰਦੀਆਂ, ਇੱਕ ਸ਼ਾਇਰ ਦੀ ਇਹ ਮੰਜ਼ਲ ਨਹੀਂ ਹੋਣੀ ਚਾਹੀਦੀ ਜੀ। ਤੇ ਮੇਰੇ ਗੀਤ ਕਾਫੀ ਗਾਏ ਗਏ ਆ, ਰੇਡੀਓ ਦਾ ਮੈਂ ਅਪਰੂਵਡ ਪੋਇਟ ਵਾਂ ਲਗਭਗ 30-35 ਸਾਲ ਤੋਂ ਜ਼ਿਆਦਾ ਸ਼ਾਇਦ ਹੋਵੇ ਜੀ। ਤੇ ਉਹਨਾਂ ਦਾ ਕਿਸੇ ਸਮੇਂ ਰੇਡੀਓ ਦੇ ਉੱਪਰ ਸਾਰਿਆਂ ਨੂੰ ਜ਼ਿਆਦਾ ਗੀਤ ਜਿਹੜੇ ਹੈਗੇ ਮੇਰੇ ਗਾਏ ਜਾਂਦੇ ਰਹੇ ਆ ਜੀ, ਤੇ ਮੈਨੂੰ ਰਾਇਲਟੀ ਵੀ ਮਿਲਦੀ ਸੀ। ਤੇ ਜਿਹੜੇ ਆਪਣੇ ਗੁਰਦੀਪ ਸਿੰਘ ਹੋਣੀ ਹੈਗੇ ਆ, ਆਪਣੇ ਸਾਬਰ ਕੋਟੀ ਹੋਣੀ ਹੈਗੇ, ਹੰਸ ਹੋਣੀ, ਬੂਨ ਸ਼ਾਹ ਕੋਟੀ ਹੋਣੀ ਜੀ, ਤੇ ਇਸ ਤੋਂ ਇਲਾਵਾ ਪਾਲੀ ਦੇਤ ਵਾਲੀਆਂ ਨੇ ਮੇਰੇ ਬਹੁਤ ਜਿਹੜੇ ਗੀਤ ਹੈਗੇ ਆ ਰਿਕਾਰਡ ਕਰਵਾਏ ਆ, ਕਿਉਂਕਿ ਮੈਂ ਥੋੜਾ
ਸੋਸ਼ਲ ਸਮਾਜਿਕ ਲਿਖਦਾ। ਮੈਂ ਕਹਿੰਦਾ ਕਿ ਜਿਹੜਾ ਇੱਕ ਸ਼ਾਇਰ ਆ ਉਹ ਬਹੁਤ ਜ਼ਿੰਮੇਵਾਰ ਵਿਅਕਤੀ ਹੁੰਦਾ ਜੀ, ਉਹਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਆ, ਸਮਾਜ ਦੀ ਅਗਵਾਈ ਕਰਨੀ ਹੁੰਦੀ ਆ, ਲੋਕਾਂ ਨੂੰ ਚੇਤਨ ਕਰਨਾ ਹੁੰਦਾ। ਜੇ ਸ਼ਾਇਰ ਹੀ ਜਾਂ ਸਾਡਾ ਬੁੱਧੀਜੀਵੀ ਹੀ ਸਾਡਾ ਅਦੀਬ ਹੀ ਇਹ ਲੋਕਾਂ ਦੀ ਗੱਲ ਨਹੀਂ ਕਰਦਾ, ਲੋਕਾਂ ਦੇ ਮਸਲਿਆਂ ਨੂੰ ਉਭਾਰਦਾ ਨਹੀਂ ਹੈ, ਤਾਂ ਉਹਨੂੰ ਉਹਨੂੰ ਲਿਖਣ ਦਾ ਜਾਂ ਸ਼ਾਇਰ ਕਹਾਉਣ ਦਾ ਜਾਂ ਅਦੀਬ ਕਹਾਉਣ ਦਾ ਕੋਈ ਹੱਕ ਨਹੀਂ ਹੈ ਜੀ। ਅਤੇ ਰੋਸ਼ਨ ਸਾਹਿਬ, ਫਿਰ ਅਗਰ ਜਿਹੜੀ ਗਜ਼ਲ ਤੋਂ ਬਾਅਦ ਫਿਰ ਤੁਸੀਂ ਬਕਾਇਦਾ ਜਿੱਦਾਂ ਦੀਪਕ ਸਾਹਿਬ ਨੇ ਕੀਤਾ ਕਿ ਇੱਕ ਮੁਕਾਮ ਤੋਂ ਬਾਅਦ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਖੁਦ ਇਹ ਤੁਹਾਨੂੰ ਗਵਾਰਾ ਨਹੀਂ ਸੀ ਕਿ ਤੁਸੀਂ ਗਾਇਕ ਕਿਸੇ ਕੋਲ ਜਾਓ ਆਪਣੇ ਗੀਤ ਲੈ ਕੇ, ਦੀਪਕ ਸਾਹਿਬ ਦਾ ਵੀ ਲਗਭਗ ਐਵੇਂ ਸੀ, ਉਹ ਦੱਸਿਆ ਕਰਦੇ ਸੀ ਕਿ ਇੱਕ ਵੇਲੇ ਗਾਇਕ ਜਿਹੜੇ ਆਉਂਦੇ ਸੀ ਗੀਤ ਲੈਣ, ਉਦੋਂ ਉਹ ਗੀਤ ਲਿਖਦੇ ਰਹੇ, ਫਿਰ ਟ੍ਰੈਂਡ ਬਦਲ ਗਿਆ, ਲੋਕ ਗੀਤ ਲਿਖਣ ਲੱਗ ਗਏ, ਜ਼ਿਆਦਾ ਲਿਖਣ ਲੱਗ ਗਏ, ਫਿਰ ਉਹ ਕਾਪੀਆਂ ਲੈ ਕੇ ਆਪਣੀਆਂ ਗਾਇਕਾਂ ਦੇ ਦਫ਼ਤਰਾਂ 'ਚ ਗੇੜੇ ਮਾਰਨ ਲੱਗ ਗਏ, ਅਤੇ ਫਿਰ ਉਸ ਵੇਲੇ ਉਹਨਾਂ ਨੇ ਕਿਹਾ ਕਿ ਅਸੀਂ ਘੱਟ ਕਰਤਾ। ਸੋ ਗਜ਼ਲਾਂ ਦੀ ਗੱਲ ਕਰੀਏ ਤਾਂ ਗਜ਼ਲ ਦੇ ਵਿੱਚ ਤੁਹਾਡੇ ਕਿੰਨੇ ਕੁ ਜਿਹੜੇ ਸੰਗ੍ਰਹਿ ਨੇ ਗਜ਼ਲ ਦੇ ਛਪੇ ਨੇ ਹੁਣ ਤੱਕ? ਮੇਰੇ ਲਗਭਗ ਜੀ ਆਪਣੇ 17 ਦੇ ਕਰੀਬ ਗਜ਼ਲ ਸੰਗ੍ਰਹਿ ਹੈ ਜੀ, ਤੇ ਮੇਰੀਆਂ ਕੁੱਲ ਜਿਹੜੀਆਂ ਪੁਸਤਕਾਂ ਹੈਗੀਆਂ ਉਹਨਾਂ ਦੀ ਗਿਣਤੀ ਜਿਹੜੀ ਹੈ 40 ਤੋਂ ਉੱਪਰ ਵਾ ਜੀ। ਮੈਂ ਮੇਰੇ ਕੁਛ ਗੀਤ ਸੰਗ੍ਰਹਿ ਵੀ ਹੈਗੇ ਆ, ਕੁਛ ਕਾਵਿ ਸੰਗ੍ਰਹਿ ਵੀ ਹੈਗੇ ਆ, ਤੇ ਇਸ ਤੋਂ ਇਲਾਵਾ ਮੈਂ ਬਾਲ ਸਾਹਿਤ ਬਾਰੇ ਜੀ ਵੀ ਪੁਸਤਕਾਂ ਲਿਖੀਆਂ ਹੈਗੀਆਂ, ਬਾਲ ਕਵਿਤਾਵਾਂ ਲਿਖੀਆਂ। ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਹੜਾ ਬਾਲ ਸਾਹਿਤ ਆ ਉਹਦੀ ਹਾਲਤ ਪੰਜਾਬੀ ਵਿੱਚ ਬੜੀ ਤਰਸਯੋਗ ਆ ਜੀ। ਅਸੀਂ ਬਾਲ ਸਾਹਿਤ ਤੇ ਕੰਮ ਨਹੀਂ ਕੀਤਾ, ਸਾਡੇ ਸ਼ਾਇਰਾਂ ਨੇ, ਸਾਡੇ ਅਦੀਬਾਂ ਨੇ, ਸਾਡੇ ਕਹਾਣੀਕਾਰਾਂ ਨੇ, ਨਾਵਲਕਾਰਾਂ ਨੇ ਬਾਲ ਸਾਹਿਤ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਨਹੀਂ ਜੀ। ਜੀ ਇਹਦੇ ਕੀ ਕਾਰਨ ਨੇ ਗੁਰਦਿਆਲ ਜੀ? ਇਹਦੇ ਕਾਰਨ ਇਹ ਆ ਕਿ ਸ਼ਾਇਦ ਬਾਲ ਸਾਹਿਤਕਾਰ ਨੂੰ ਅਸੀਂ ਉਹ ਮੁਕਾਮ ਨਹੀਂ ਦਿੰਦੇ ਜਿਹੜਾ ਬਾਕੀ ਹੋਰਨਾਂ ਸਾਹਿਤਕਾਰਾਂ ਨੂੰ ਦਿੰਦੇ ਹਾਂ। ਸਾਡੇ ਮਨ ਵਿੱਚ ਕਿਤੇ ਨਾ ਕਿਤੇ ਜਿਹੜੀ ਇਹ ਗੱਲ ਪੈਦਾ ਹੋ ਚੁੱਕੀ ਆ, ਜਦਕਿ ਏਦਾਂ ਨਹੀਂ ਹੈ। ਬਾਲ ਸਾਹਿਤ ਜਿਹੜਾ ਹੈ ਸਾਨੂੰ ਪਹਿਲ ਦੇ ਆਧਾਰ ਤੇ ਲਿਖਣਾ ਚਾਹੀਦਾ। ਜੇ ਸਾਡੇ ਬੱਚਿਆਂ ਵਿੱਚ ਜਿਹੜੀ ਸਾਹਿਤ ਪ੍ਰਤੀ ਰੁਚੀ ਪੈਦਾ ਹੁੰਦੀ ਹੈ ਤਾਂ ਉਹ ਵੱਡੇ ਹੋ ਕੇ ਜ਼ਰੂਰ ਆਪਣੇ ਸਾਡੀਆਂ ਕਿਤਾਬਾਂ ਵੀ ਵਿਕਣ ਗਈਆਂ, ਸਾਨੂੰ ਪੜਿਆ ਵੀ ਜਾਵੇਗਾ, ਤੇ ਇਹ ਇਹ ਬਹੁਤ ਜ਼ਰੂਰੀ ਹੈ ਜੀ। ਤੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜਾ ਜੋ ਸਾਹਿਤ ਰਚਿਆ ਜਾ ਰਿਹਾ, ਕਈ ਜਿਹੜੇ ਬਾਲ ਸਾਹਿਤ ਲੇਖ ਹੈਗੇ ਆਪਣੇ ਆਪ ਨੂੰ ਬਹੁਤ ਵੱਡਾ ਗਣਦੇ ਆ ਕਿ ਅਸੀਂ ਪਤਾ ਨੀ ਕੀ ਕਿਹੜਾ ਕਿਲਾ ਹਾਸਲ ਕਰ ਲਿਆ ਜੀ, ਮੈਂ ਅਜਿਹਾ ਮਹਿਸੂਸਦਾ ਨਹੀਂ ਆ। ਸਾਡੀ ਜਿਹੜੀ ਕਵਿਤਾ ਬਾਲ ਕਵਿਤਾ ਹੈ ਅਜੇ ਬਹੁਤ ਪਿੱਛੇ ਖੜੀ ਆ, ਕਹਾਣੀ ਬਹੁਤ ਪਿੱਛੇ ਖੜੀ ਆ, ਤੇ ਇਹਦੇ ਵਾਸਤੇ ਜਿਹੜਾ ਸਾਨੂੰ ਬਾਲ ਸਾਹਿਤ ਹੈਗਾ ਉਹ ਮਨੋਵਿਗਿਆਨਕ ਵਿਗਿਆਨਕ ਤੇ ਜਿਹੜੀਆਂ ਤਰਕਸ਼ੀਲ ਲੀਹਾਂ ਹੈ ਉਹਨੂੰ ਪ੍ਰਚਲਾਉਣ ਦੀ ਲੋੜ ਵਾ। ਅਸੀਂ ਬੱਚੇ ਕੋਲੋਂ ਬਹੁਤਾ ਕੁਛ ਛੁਪਾਉਣੇ ਵੀ ਆ, ਸਾਡੇ ਸਮਾਜ ਵਿੱਚ ਕੀ ਵਾਪਰ ਰਿਹਾ, ਸਾਡੀ ਸਮਾਜਿਕ ਹਾਲਤ ਕਿਹੋ ਜਿਹੀ ਆ, ਸਾਡੀ ਆਰਥਿਕ ਹਾਲਤ ਕੀ ਹੈ, ਉਹਨੂੰ ਸੌਖੇ ਸੌਖੇ ਸ਼ਬਦਾਂ ਵਿੱਚ ਸੌਖੀ ਸ਼ਬਦਾਵਲੀ ਦੇ ਵਿੱਚ ਬੱਚਿਆਂ ਨੂੰ ਥੋੜਾ ਜਿਹਾ ਚੇਤਨ ਕਰਨਾ ਚਾਹੀਦਾ। ਜਦਕਿ ਅਸੀਂ ਬੱਚਿਆਂ ਨੂੰ ਹੋਰਨਾਂ ਗੱਲਾਂ ਵਿੱਚ ਉਲਝਾਈ ਜਾਂਦੇ ਹਾਂ, ਆ ਜਾ ਤਿੱਤਲੀ, ਬਹਿ ਜਾ ਤਿੱਤਲੀ, ਉੜ ਜਾ ਤਿੱਤਲੀ, ਇਹ ਕੋਈ ਮੈਂ ਨੀ ਸਮਝਦਾ ਕਿ ਇਹ ਕੋਈ ਬੱਚਿਆਂ ਦੇ ਕੰਮ ਆਉਣ ਵਾਲੀ ਚੀਜ਼ ਦਾ। ਬੱਚਿਆਂ ਦੀ ਜਿਹੜੀ ਸੋਚ ਹੈ ਉਹਨੂੰ ਪ੍ਰਚੰਡ ਕੀਤਾ ਜਾਣਾ ਚਾਹੀਦਾ ਜੀ। ਰੋਸ਼ਨ ਸਾਹਿਬ, ਤੁਸੀਂ ਕਿਹਾ ਕਿ ਸਾਡਾ ਬਾਲ ਸਾਹਿਤ ਅਜੇ ਓਨਾ ਵਧੀਆ ਨਹੀਂ ਹੋ ਸਕਿਆ, ਸਾਡੀ ਕਹਾਣੀ ਵੀ ਅਜੇ ਪਿੱਛੇ ਖੜੀ ਹੈ, ਲੇਕਿਨ ਅਸੀਂ ਗਜ਼ਲ ਦੀ ਗੱਲ ਕਰੀਏ, ਕਿਉਂਕਿ ਅੱਜ ਦੇ ਦੌਰ 'ਚ ਹਰ ਨਵਾਂ ਸ਼ਾਇਰ ਇੱਛਾ ਹੁੰਦੀ ਹੈ ਕਿ ਉਹ ਗਜ਼ਲਾਂ ਲਿਖੇ, ਉਹਨੂੰ ਗਜ਼ਲ ਉਹਦੇ ਤੌਰ 'ਤੇ ਜਾਣਿਆ ਜਾਵੇ, ਲੇਕਿਨ ਇੱਕ ਵੇਲਾ ਸੀ ਜਦੋਂ ਉਰਦੂ ਵਾਲੇ ਜਾਂ ਬਾਕੀ ਜ਼ੁਬਾਨ ਵਾਲੇ ਕਹਿੰਦੇ ਸੀ ਕਿ ਪੰਜਾਬੀ 'ਚ ਗਜ਼ਲ ਹੋ ਹੀ ਨਹੀਂ ਸਕਦਾ, ਲੇਕਿਨ ਫਿਰ ਕੁਛ ਉਸਤਾਦਾਂ ਨੇ ਲਗਾਤਾਰ ਇਹਦੇ 'ਤੇ ਮਿਹਨਤ ਕੀਤੀ ਔਰ ਅੱਜ ਇੱਕ ਗਜ਼ਲ ਦਾ, ਪੰਜਾਬੀ ਗਜ਼ਲ ਦਾ ਮੁਕਾਮ ਮੰਨਿਆ ਜਾਂਦਾ। ਤੁਹਾਡੇ ਮੁਤਾਬਕ ਪੰਜਾਬੀ ਗਜ਼ਲ ਕਿੱਥੇ ਖੜੀ ਹੈ? ਦੇਖੋ ਜੀ, ਤੁਸੀਂ ਇਹ ਜਿਹੜਾ ਤੁਹਾਡਾ ਸਵਾਲ ਆ ਹਰਬੇਲ ਜੀ, ਇਹ ਬਹੁਤ
ਵਿਸ਼ਾਲ ਜਵਾਬ ਮੰਗਦਾ ਹੈਗਾ ਜੀ। 1960 ਤੋਂ 70 ਦੇ ਵਿਚਕਾਰ ਸਿਰਫ 5-6 ਸਾਡੇ ਉਸਤਾਦ ਸ਼ਾਇਰ ਸੀਗੇ, ਜਿਹਨਾਂ ਵਿੱਚ ਹਮਦਰਦ ਸਾਹਿਬ, ਬੀਰ ਸਾਹਿਬ ਜੀ, ਤੇ ਆਪਣਾ ਠਾਕੁਰ ਭਾਰਤੀ, ਮੁਰਸ਼ਦ ਬੁਟਰਵੀ ਤੇ ਪ੍ਰਿੰਸੀਪਲ ਤਖ਼ਤ ਸਿੰਘ ਜੀ, ਇਹ 5-6 ਨਾਂ ਸੀਗੇ ਜਿਹੜੇ ਕਿ ਗਜ਼ਲ ਦੀ ਸਿਰਜਣਾ ਕਰ ਰਹੇ ਸੀ ਜੀ। ਤੇ ਡਾਕਟਰ ਜਗਤਾਰ ਦੇ ਚੰਦ ਸਾਹਿਬ ਹੁਣੀ ਇਹ ਥੋੜਾ ਕੁ ਪਛੜ ਕੇ ਆਏ ਆ ਪੰਜਾਬੀ ਗਜ਼ਲ ਦੇ ਖੇਤਰ ਦੇ ਵਿੱਚ ਜੀ। ਤੇ ਜਿਹੜੀ ਉਹ ਗਜ਼ਲ ਰਚੀ ਗਈ 60 ਤੋਂ 70ਵਿਆਂ ਦੇ ਵਿਚਕਾਰ, ਉਸ ਗਜ਼ਲ ਨੂੰ ਅਸੀਂ ਅੱਜ ਦੇ ਸੰਦਰਭ ਵਿੱਚ ਨਹੀਂ ਵਾਜ ਸਕਦੇ ਜੀ, ਕਿਉਂਕਿ ਉਸ ਵੇਲੇ ਜਿਹੜੀ ਗਜ਼ਲ ਸੀ ਅਜੇ ਵਿਕਾਸ ਕਰ ਰਹੀ ਸੀ, ਅਜੇ ਇਹ ਲਹਿਰ ਪੈਦਾ ਹੀ ਹੋ ਰਹੀ ਸੀ। ਤੇ 70ਵਿਆਂ ਤੋਂ ਬਾਅਦ ਜਿਹੜਾ ਹੈ ਫਿਰ ਇੱਕ ਸਾਡਾ ਜਿਹੜਾ ਨਵਾਂ ਲੋ ਫੁੱਟਿਆ ਜੀ, ਨਵੀਂ ਪੀੜ੍ਹੀ ਅੱਗੇ ਆਈ ਹੈਗੀ ਆ, ਜਿਹਨਾਂ ਵਿੱਚ ਲੁਖਤ ਬਾਜਵਾ ਸਾਹਿਬ ਸੀਗੇ, ਅਮਰਜੀਤ ਸੰਧੂ, ਸੁਰੱਖਣ ਸਰੱਦੀ, ਮੇਰਾ ਵੀ ਕਿਤੇ ਨਾ ਕਿਤੇ ਜ਼ਿਕਰ ਹੈ, ਡੀ ਆਰ ਧਵਨ ਹੋਣੀ ਸੀਗੇ, ਗੁਰਦੀਪ ਭਾਟੀਆ ਤੇ ਹੋਰ ਕਈ ਨਾਮ ਹੈ, ਗੁਰਦਿਆਲ ਪੰਜਾਬੀ ਸੀ ਜੀ, ਤੇ ਮੈਨੂੰ ਸਾਰਿਆਂ ਦੇ ਨਾਂ ਜਿਹੜੇ ਲੈਣੇ ਉਹ ਕਈ ਵਾਰੀ ਨਹੀਂ ਵੀ ਕੀਤੇ ਜਾਂਦੇ। ਤੇ ਇਹ ਬਸ 15-20 ਜਣੇ ਸੀ ਅਸੀਂ ਜਿਹੜੇ ਗਜ਼ਲ ਲਿਖਣ ਵਾਲੇ ਸੀ ਪੰਜਾਬੀ ਚ 70 ਤੋਂ 80 ਦੇ ਵਿਚਕਾਰ ਜੀ। ਤੇ ਉਸ ਵੇਲੇ ਜਿਵੇਂ ਮੈਂ ਦੱਸਿਆ ਪਹਿਲਾਂ ਤੁਹਾਨੂੰ ਕਿ ਉਸ ਵੇਲੇ ਅਜੀਤ ਵਿੱਚ ਗਜ਼ਲ ਫੁਲਵਾੜੀ ਛਪਦੀ ਹੁੰਦੀ ਸੀ ਤੇ ਅਸੀਂ ਸਾਰੇ ਹੀ ਉਸ ਫੁਲਵਾੜੀ ਵਿੱਚ ਛਪਦੇ ਹੁੰਦੇ ਸੀ ਜੀ। ਤੇ ਉਸ ਤੋਂ ਬਾਅਦ ਗਾਹਾਂ ਹੋਰ ਨਵੇਂ ਚਿਹਰੇ ਆ ਗਏ ਤੇ ਸਨ 2000 ਤੋਂ ਬਾਅਦ ਜਿਹੜੀ ਗਜ਼ਲ ਹੈ, ਮੈਂ ਸਮਝਦਾ ਕਿ ਜਿਹੜੇ ਨਵੇਂ ਮੁੰਡੇ ਆਏ ਆ, ਮੁੰਡੇ ਕੁੜੀਆਂ ਆਏ ਆ, ਉਹਨਾਂ ਵਿੱਚ ਮੈਂ ਸਮਝਦਾ ਕਿ ਇੱਕ ਵੱਖਰਾਪਨ ਸੀ, ਉਹਨਾਂ ਨੇ ਗਜ਼ਲ ਦਾ ਜਿਹੜਾ ਮੁਹਾਂਦਰਾ ਹੈ ਉਹ ਬਦਲਣ ਵਿੱਚ ਕਾਫੀ ਯੋਗਦਾਨ ਪਾਇਆ। ਇਸ ਗੱਲ ਇਹ ਅਤਕਥਨੀ ਨਹੀਂ ਹੈਗੀ ਜੀ, ਜਿਹੜੀ ਸਾਡੇ ਸਮੇਂ ਦੀ ਗਜ਼ਲ ਸੀ ਉਹ ਥੋੜਾ ਉਹਦਾ ਰੰਗ ਹੋਰ ਸੀ, ਉਹਦਾ ਅੰਦਾਜ਼ ਹੋਰ ਸੀ ਤੇ ਵਕਤ ਦੇ ਹਿਸਾਬ ਨਾਲ ਸਾਨੂੰ ਵੀ ਬਦਲਣਾ ਪਿਆ ਜੀ। ਤੇ ਮੈਂ ਹੁਣ ਮਹਿਸੂਸ ਕਰਨਾ ਕਿ ਜਿਹੜੀ ਉਰਦੂ ਗਜ਼ਲ ਹੈ, ਦਰਅਸਲ ਜਿਹੜੀ ਉਰਦੂ ਗਜ਼ਲ ਹੈ, ਜਿਹੜੀ ਉਰਦੂ ਜ਼ੁਬਾਨ ਆ ਉਹਦੇ ਵਿੱਚ ਸੌਫਟਨੈਸ ਬਹੁਤ, ਉਹਦੇ ਵਿੱਚ ਕੋਮਲਤਾ ਬਹੁਤ ਵਾ ਜੀ। ਉਹ ਉਸ ਜ਼ੁਬਾਨ ਦੇ ਜਿਹੜੀ ਉਰਦੂ ਦੀ ਹੈਗੀ ਆ ਉਹਦੇ ਪਿੱਛੇ ਉਰਦੂ ਗਜ਼ਲ ਦਾ ਬੜਾ ਵੱਡਾ ਯੋਗਦਾਨ ਵਾ ਜੀ। ਗਜ਼ਲ ਨੇ ਉਰਦੂ ਜ਼ੁਬਾਨ ਨੂੰ ਬਹੁਤ ਅਮੀਰ ਬਣਾਇਆ ਤੇ ਉਰਦੂ ਗਜ਼ਲ ਦਾ ਕੋਈ ਜਵਾਬ ਨਹੀਂ ਹੈ ਜੀ। ਤੇ ਲੇਕਿਨ ਜਿਹੜੀ ਪੰਜਾਬੀ ਗਜ਼ਲ ਹੈ, ਜੇ ਉਹਨੂੰ ਜੇ ਦੋਹਾਂ ਨਾਲ ਅੱਜ ਦੇ ਸੰਦਰਭ ਵਿੱਚ ਮੁਕਾਬਲਾ ਕਰੀਏ ਜਾਂ ਤੁਲਨਾ ਕਰੀਏ ਤਾਂ ਜਿਹੜੀ ਪੰਜਾਬੀ ਗਜ਼ਲ ਹੈ ਉਹ ਉਰਦੂ ਗਜ਼ਲ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਹੈ ਜੀ। ਤੇ ਬਲਕਿ ਮੈਂ ਤਾਂ ਕਹਿੰਦਾ ਕਿ ਵਿਸ਼ੇ ਦੇ ਪੱਖ ਤੋਂ ਜਾਂ ਸ਼ਿਲਪ ਦੇ ਪੱਖ ਤੋਂ ਜਿਹੜੀ ਪੰਜਾਬੀ ਗਜ਼ਲ ਹੈ ਉਹ 2 ਕਦਮ ਅੱਗੇ ਹੀ ਹੈ ਜੀ। ਹਾਂ, ਜੋ ਤਕਨੀਕੀ ਤੌਰ ਤੇ ਉਰਦੂ ਗਜ਼ਲ ਨੂੰ ਹਾਸਲ ਹੈ ਉਹ ਜੇ ਪੰਜਾਬੀ ਗਜ਼ਲ ਨੇ ਹਾਸਲ ਨਹੀਂ ਕੀਤਾ, ਸਾਡੇ ਜਿਹੜੇ ਨਵੇਂ ਬੱਚੇ ਹੈਗੇ ਆ ਉਹ ਮਿਹਨਤ ਕਰਨ ਤੋਂ ਕੰਨੀ ਕਤਰਾਉਂਦੇ ਆ, ਅਰੂਜ ਤੋਂ ਡਰਦੇ ਆ, ਜਦਕਿ ਅਰੂਜ ਕੋਲ ਫੂਗਾ ਨਹੀਂ ਹੈ। ਇਹ ਮੈਂ ਇਹ ਵੀ ਸਪਸ਼ਟ ਕਰਦੇ ਹਾਂ ਔਰ ਅਕਸਰ ਕਹਿੰਦਾ ਹੁੰਦਾ ਕਿ ਅਰੂਜ ਦੇ ਕੋਲੋਂ ਡਰਨ ਦੀ ਲੋੜ ਨਹੀਂ ਹੈ, ਇਹ ਤਾਂ ਨਿਯਮ ਹੈਗੇ ਆ ਗਜ਼ਲ ਲਿਖਣ ਦੇ, ਗਜ਼ਲ ਦੀ ਸ਼ਿਲਪਕਾਰੀ ਦੇ ਤੇ ਗਜ਼ਲ ਦੀ ਸੁੰਦਰਤਾ ਵਧਾਉਣ ਦੇ। ਇਹਨਾਂ ਨੂੰ ਬਹੁਤਾ ਮੁਸ਼ਕਲ ਵੀ ਇੰਨੇ ਹੈ ਨਹੀਂ, ਇਹਨਾਂ ਨੂੰ ਥੋੜਾ ਜਿਹਾ ਵਾਚਿਆ ਜਾਣਾ ਚਾਹੀਦਾ, ਇਹਨਾਂ ਦੇ ਅਨੁਸਾਰ ਚੱਲਣਾ ਚਾਹੀਦਾ ਜੀ। ਜੇ ਅਸੀਂ ਅਰੂਜ ਦੇ ਨਜ਼ਮਾਂ ਦੇ ਮੁਤਾਬਕ ਗਜ਼ਲ ਨਹੀਂ ਕਹਿੰਦੇ ਤਾਂ ਉਹ ਜਿਹੜਾ ਉਹ ਗਜ਼ਲ ਦੇ ਨਾਲ ਬੜਾ ਨੇ ਆਇਆ ਹੈ ਜੀ। ਤੇ ਬਾਕੀ ਮੈਂ ਮਹਿਸੂਸ ਕਰਦਾ ਕਿ ਪੰਜਾਬੀ ਜਿਹੜੀ ਗਜ਼ਲ ਹੈਗੀ ਆ, ਅੱਜ ਦੀ ਪੰਜਾਬੀ ਗਜ਼ਲ ਆ ਜੀ, ਉਹ ਕਿਸੇ ਤਰ੍ਹਾਂ ਵੀ ਉਰਦੂ ਗਜ਼ਲ ਨੂੰ ਘੱਟ ਨਹੀਂ ਹੈ ਜੀ।
ਸੋ ਤੁਸੀਂ ਉਸਤਾਦ ਸ਼ਾਇਰ ਹੋ, ਤੁਸੀਂ ਤਕਨੀਕੀ ਤੌਰ 'ਤੇ ਔਰ ਵਿਸ਼ਾ ਵਸਤੂ ਦੇ ਤੌਰ 'ਤੇ ਦੱਸ ਸਕਦੇ ਸਾਨੂੰ ਕਿ ਅੱਜ ਦੀ ਗਜ਼ਲ ਪੰਜਾਬੀ ਦੀ ਕਾਫੀ ਅੱਗੇ ਵਧੀ ਹੈ। ਲੇਕਿਨ ਰੋਸ਼ਨ ਸਾਹਿਬ, ਇੱਕ ਚੀਜ਼ ਮਹਿਸੂਸ ਕੀਤੀ ਗਈ ਹੈ ਕਿ ਜਿੱਥੇ ਉਰਦੂ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਗਜ਼ਲ ਨੂੰ ਗਾਇਆ ਕਾਫੀ ਗਿਆ ਹੈ, ਪੰਜਾਬੀ ਦੇ ਵਿੱਚ ਉਸ ਤਰ੍ਹਾਂ ਗਜ਼ਲ ਨੂੰ ਗਾਇਆ ਨਹੀਂ ਗਿਆ। ਇਹਦਾ ਪ੍ਰੀਜੀ ਇਹਦਾ ਕਾਰਨ ਹੋਰ ਵਾ, ਪੰਜਾਬੀ ਵਿੱਚ ਮੈਨੂੰ ਦੱਸੋ ਵੀ ਜਿਹੜੇ ਆਪਣੇ ਗਾਇਕ ਹੈਗੇ ਆ ਜੀ ਜੀ, ਤੁਸੀਂ ਉਹਨਾਂ ਨੂੰ ਕਿੰਨੇ ਕੁ ਜਿਹੜੇ ਹੈਗੇ ਆ ਆਪਣੇ ਕਹਿੰਦੇ ਆ ਕਿ ਉਹ ਕਿੰਨੇ ਕੁ ਕਾਬਿਲ ਕਹਿ ਸਕਦੇ ਆ। ਪੰਜਾਬੀ ਵਿੱਚ ਗਾਇਕਾਂ ਦੀ ਵੀ ਬਹੁਤ ਕਮੀ ਆ ਜੀ। ਸਿਰਫ ਸਿੱਧੀਆਂ ਸਰੀਆਂ ਸਿੱਧੀਆਂ ਸਾਧੀਆਂ ਜਿਹੜੀਆਂ ਸੁਰਾਂ ਹੈਗੀਆਂ ਉਹਨਾਂ ਵਿੱਚ ਗਾ ਲੈਣਾ, ਜਾਂ ਜਿਹੜਾ ਹੈਗਾ ਜਿਹੜੀ ਗਾਇਕੀ ਉਹ ਸੰਜੀਦਗੀ ਮੰਗਦੀ ਆ ਜੀ ਜੀ ਬਿਲਕੁਲ। ਸਾਡੇ ਗਾਇਕਾਂ ਦੇ ਵਿੱਚ ਸੰਜੀਦਾ ਗਾਇਕਾਂ ਦੀ ਬਹੁਤ ਕਮੀ ਆ। ਜਿਹੜੇ ਆਹ ਸਟੇਜਾਂ ਉੱਪਰ ਅਸੀਂ ਗਾਇਕ ਸੁਣਦੇ ਹਾਂ, ਇਹਨਾਂ ਨੂੰ ਤਾਂ ਜਿਹੜਾ ਗਾਇਕੀ ਦਾ ਪੱਠਾ ਬਿਠਾਤਾ ਜੀ, ਤੇ ਇਹਨਾਂ ਨੂੰ ਤਾਂ ਜਿਹੜਾ ਸਾਡੇ ਪੰਜਾਬ ਦੇ ਲੋਕ ਆ ਉਹਨਾਂ ਦੇ ਸੋਝ ਸਵਾਦ ਨੂੰ ਹੀ ਬਦਲਤਾ। ਜਦਕਿ ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਸੰਜੀਦਾ ਗਾਇਕੀ ਹੈ ਪੰਜਾਬੀ ਵਿੱਚ ਉਹਦੀ ਬਹੁਤ ਲੋੜ ਆ, ਕਮੀ ਵੀ ਹੈ, ਤੇ ਉਹ ਸੰਜੀਦਾ ਗਾਇਕ ਜਿਹੜੇ ਹੈਗੇ ਆ ਉਹਨਾਂ ਨੂੰ ਪੈਦਾ ਕੀਤਾ ਜਾਣਾ ਚਾਹੀਦਾ ਆ, ਉਹਨਾਂ ਨੂੰ ਪ੍ਰੇਰਿਆ ਜਾਣਾ ਚਾਹੀਦਾ, ਉਹਨਾਂ ਦਾ ਉਤਸ਼ਾਹ ਵਧਾਇਆ ਜਾਣਾ ਚਾਹੀਦਾ ਆ। ਸੰਜੀਦਾ ਗਾਇਕ ਹੀ ਗਜ਼ਲ ਨੂੰ ਹੱਥ ਪਾ ਸਕਦਾ ਜੀ। ਜਿਹੜੇ ਬੰਦੇ ਸਿੱਧੀਆਂ ਸੁਰਾਂ ਲਾਉਂਦੇ ਹੈਗੇ ਸਟੇਜ ਤੇ ਚੜ੍ਹ ਕੇ, ਉਹ ਪੰਜਾਬੀ ਗਜ਼ਲ ਦਾ ਗਾਇਨ ਨਹੀਂ ਕਰ ਸਕਦੇ ਜੀ। ਸੋ ਰੋਸ਼ਨ ਸਾਹਿਬ, ਗਜ਼ਲ ਦੇ ਨਾਲ ਨਾਲ ਜਾਂ ਸ਼ਾਇਰੀ ਦੇ ਨਾਲ ਨਾਲ ਤੁਸੀਂ ਕੁਛ ਹੋਰ ਵਿਧਾਵਾਂ 'ਤੇ ਵੀ ਕੰਮ ਕੀਤਾ, ਮੈਨੂੰ ਚੇਤੇ ਆ ਕਿ ਤੁਹਾਡੇ ਘੱਟੋ ਘੱਟ ਦੋ ਕਾਲਮ ਛਪਦੇ ਰਹੇ ਨੇ, ਇੱਕ ਸ਼ੀਸ਼ਾ ਬੋਲਦਾ ਹੈ ਔਰ ਇੱਕ ਸ਼ਾਇਦ ਸੱਤ ਸਵਾਲ ਸੀ ਜੀ ਜੀ। ਥੋੜ੍ਹਾ ਜਿਹਾ ਮੈਂ ਹੁਣ ਤੱਕ 5-6 ਕਾਲਮ ਲਿਖੇ ਆ ਜੀ, ਆਪਣੇ ਫੀਚਰ ਲਿਖੇ ਆ ਜੀ, ਹਫ਼ਤਾਵਾਰੀ ਜਗਬਾਣੀ ਵਿੱਚ ਵੀ ਲਿਖਿਆ ਤੇ ਆਪਣਾ ਰੋਜ਼ਾਨਾ ਅਜੀਤ ਵਿੱਚ ਮੈਂ ਲਗਭਗ 5 ਦੇ ਕਰੀਬ ਜਿਹੜੇ ਫੀਚਰ ਲਿਖੇ ਹੈਗੇ ਹਫ਼ਤਾਵਾਰੀ ਜੀ, ਜਿਹੜੇ ਕਿ ਬੜੇ ਮਕਬੂਲ ਹੋਏ। ਉਹਦਾ ਇੱਕ ਕਾਰਨ ਸੀ ਕਿ ਮੈਂ ਚਾਹੁੰਦਾ ਕਿ ਮੈਂ ਸਮਾਜ ਦੇ ਕੁਛ ਕਰ ਸਕਾਂ ਜੀ। ਕੁਛ ਜਿਹੜੀਆਂ ਗੱਲਾਂ ਹੈ, ਹੁਣ ਮੈਂ ਗਜ਼ਲ ਨੂੰ ਸਮਰਪਿਤ ਵਾਂ, ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਗਜ਼ਲ ਵਿੱਚ ਨਹੀਂ ਹੋ ਸਕਦੀਆਂ ਜੀ। ਤੇ ਕੁਛ ਇਹੋ ਜਿਹੀਆਂ ਵਕਤ ਦੀਆਂ ਲੋੜਾਂ ਜਾਂ ਕਹਿ ਲਓ ਕਿ ਕੁਛ ਮਨ ਦੇ ਬਲਬਲੇ ਜਾਂ ਜੋ ਅਸੀਂ ਸਮਾਜ ਨੂੰ ਦੇਣਾ ਚਾਹੁੰਦੇ, ਦੱਸਣਾ ਚਾਹੁੰਦੇ ਹਾਂ, ਸੁਚੇਤ ਕਰਨਾ ਚਾਹੁੰਦੇ ਹਾਂ ਜੀ, ਉਹ ਵਾਰਤਕ ਵਿੱਚ ਹੀ ਦੱਸੇ ਜਾ ਸਕਦੇ ਆ। ਇਸ ਲਈ ਮੈਂ ਫਿਰ ਆਪਣੇ ਇੱਕ ਮੇਰਾ ਫੀਚਰ ਸੀ ਗਜ਼ਲ ਮਹਿਫਲ ਅਜੀਤ ਵਿੱਚ ਸ਼ੁਰੂ ਹੋਇਆ ਸੀ, ਉਹ 3 ਸਾਲ ਚੱਲਦਾ ਰਿਹਾ, ਉਹ ਗਜ਼ਲਕਾਰਾਂ ਬਾਰੇ ਸੀ ਜੀ। ਤੇ ਉਸ ਤੋਂ ਬਾਅਦ ਫਿਰ ਮੇਰਾ ਫੀਚਰ ਚੱਲਿਆ 7 ਸਵਾਲ, ਉਹ ਮੈਂ ਕਿਸੇ ਵੀ ਸਾਹਿਤਕ ਜਾਂ ਅਦਬੀ ਜਾਂ ਕਲਾਤਮਕ ਸ਼ਖਸੀਅਤ ਨੂੰ ਸਵਾਲ ਕਰਦਾ ਸੀ 7 ਸਵਾਲ ਜੀ। ਤੇ ਉਹਦੇ ਵਿੱਚ ਗਾਇਕ ਵੀ ਸ਼ਾਮਿਲ ਸੀ, ਉਹਦੇ ਵਿੱਚ ਚਿੱਤਰਕਾਰ ਵੀ ਸ਼ਾਮਿਲ ਸੀ, ਉਹਦੇ ਵਿੱਚ ਸਾਡੇ ਅਦੀਬ ਵੀ ਸੀਗੇ। ਤੇ ਉਸ ਤੋਂ ਬਾਅਦ ਫਿਰ ਮੇਰਾ ਸ਼ੀਸ਼ਾ ਬੋਲਦਾ ਹੈ ਬਹੁਤ ਮਕਬੂਲ ਹੋਇਆ ਜੀ, ਤੇ ਉਹਦੇ ਵਿੱਚ ਮੈਂ ਜਿਹੜੀਆਂ ਸਮਾਜ ਵਿੱਚ ਜੋ ਮੈਂ ਮਹਿਸੂਸ ਕਰਦਾ ਸੀ, ਜਿਹੜੀਆਂ ਜੋ ਨਹੀਂ ਹੋਣਾ ਚਾਹੀਦਾ ਜੀ, ਜਾਂ ਜਿਹੜਾ ਨਾ ਪੱਖੀ ਹੋ ਰਿਹਾ, ਉਹਦੇ ਬਾਰੇ ਮੈਂ ਉਹਨਾਂ ਨੂੰ ਉਭਾਰਦਾ ਸੀ ਉਹਨਾਂ ਚੀਜ਼ਾਂ ਨੂੰ। ਤੇ ਲੋਕਾਂ ਦੀ ਜਿਹੜੀ ਆਵਾਜ਼ ਹੈ, ਮੈਂ ਮੇਰੀ ਕੋਸ਼ਿਸ਼ ਸੀ ਕਿ ਉਹ ਉੱਪਰ ਤੱਕ ਪਹੁੰਚੇ ਜੀ, ਸਰਕਾਰੀ ਦਰਬਾਰੇ ਤੇ ਕੁਛ ਤਬਦੀਲੀ ਆਵੇ, ਤੇ ਉਹ ਮੇਰਾ ਜਿਹੜਾ ਸੀਗਾ ਇਹ ਬੜਾ ਮਕਬੂਲ ਹੋਇਆ ਜੀ। ਇੱਕ ਜਗਬਾਣੀ ਵਿੱਚ ਮੈਂ ਆਪਣਾ ਕਾਲਮ ਲਿਖਦਾ ਸੀ, ਉਹਦਾ ਨਾਂ ਸੀ ਗਜ਼ਲ ਚਿੱਤਰ ਜੀ। ਮੈਂ ਕਿਹਾ ਜਦੋਂ ਇੱਕ ਕਾਵਿ ਚਿੱਤਰ ਕਿਸੇ ਦਾ ਹੋ ਸਕਦਾ, ਰੇਖਾ ਚਿੱਤਰ ਹੋ ਸਕਦਾ ਜੀ, ਤਾਂ ਗਜ਼ਲ ਚਿੱਤਰ ਕਿਉਂ ਨੀ ਹੋ ਸਕਦਾ। ਉਹ ਮੈਂ ਕਿਸੇ ਵੀ ਆਪਣੇ ਗਜ਼ਲਕਾਰ ਦੀ ਜਿਹੜੇ ਨਾਂ ਦੀ ਤਰਦੀਬ ਬਣਾਉਂਦਾ ਸੀ ਤੇ ਉਹਦੇ ਉੱਪਰ ਗਜ਼ਲ ਲਿਖਦਾ ਸੀ ਜੀ, ਉਹ ਵੀ ਕਾਫੀ ਮਕਬੂਲ ਹੋਇਆ। ਤੇ ਇਸ ਵਿਧਾ ਨੂੰ ਅੱਗੇ ਜਾ ਕੇ ਇੰਦਰਜੀਤ ਹਸਨਪੁਰੀ ਨੇ ਵੀ ਬਣਾਇਆ ਜੀ, ਉਹਦੀ ਕਿਤਾਬ ਵੀ ਆਈ ਸੀ, ਤੇ
ਉਹਨੇ ਵੀ ਨਾਂ ਦੀ ਰਤੀਸ ਬਣਾ ਕੇ ਗਜ਼ਲਕਾਰਾਂ ਬਾਰੇ ਆਪਣੇ ਜਿਹੜੇ ਹੈਗੇ ਆ ਖਿਆਲ ਪ੍ਰਗਟ ਕੀਤੇ ਸੀ। ਤੇ ਜਿਹੜਾ ਗਜ਼ਲ ਚਿੱਤਰ ਹੈ ਇਹ ਮੇਰੀ ਨਿਰੋੜ ਆਪਣੀ ਉਪਜ ਸੀ ਜੀ, ਇਹ ਮੈਂ ਹੀ ਇਹਨੂੰ ਯਾਦ ਕੀਤਾ। ਅੱਛਾ, ਇਸ ਤੋਂ ਇਲਾਵਾ ਤੁਹਾਡੇ ਕਿਤਾਬਾਂ 'ਤੇ ਅਗਰ ਨਜ਼ਰ ਮਾਰੀਏ, ਇਹਦੇ ਵਿੱਚ ਕੁਛ ਐਸੀਆਂ ਕਿਤਾਬਾਂ ਨੇ ਜਿਹੜੀਆਂ ਮਤਲਬ ਇਕਹਿਰੇ ਸ਼ਹਿਰਾਂ ਸ਼ੇਰਾਂ ਵਾਲੀਆਂ ਨੇ, ਮਹਿਫਲ ਸ਼ੇਰਾਂ ਦੀ ਹੋ ਗਈ, ਸ਼ੇਰ ਅਰਜ਼ ਹੈ ਹੋ ਗਿਆ, ਇਸ ਤਰ੍ਹਾਂ ਦੀਆਂ ਕਿਤਾਬਾਂ, ਸੋ ਇਹਨਾਂ ਬਾਰੇ ਦੱਸੋ ਕਿ ਖਿਆਲ ਕਿਵੇਂ ਆਇਆ ਕਿ ਇਕੱਲੇ ਇਕੱਲੇ ਸ਼ੇਰਾਂ ਨੂੰ ਲੈ ਕੇ ਕਿਤਾਬਾਂ ਬਣਾਉਣੀਆਂ ਨੇ? ਹਾਂ, ਇਸ ਤਰ੍ਹਾਂ ਜੀ ਕਿ ਕਿਸੇ ਵੇਲੇ ਇੱਕ ਛੋਟੀ ਜਿਹੀ ਕਿਤਾਬ ਰਣਜੀਤ ਸਿੰਘ ਚੰਦ ਹੋਣਾ ਨੇ ਸ਼ੇਰਾਂ ਦੀ ਛਪਵਾਈ ਸੀ ਜੀ, ਤੇ ਮੈਨੂੰ ਬੜੀ ਚੰਗੀ ਲੱਗੀ ਉਹ। ਉਹ ਬਹੁਤ ਛੋਟੇ ਪੱਧਰ ਦਾ ਕੰਮ ਸੀ ਲੇਕਿਨ ਬਹੁਤ ਵੱਡਾ ਕੰਮ ਸੀ ਜੀ, ਤੇ ਉਹ ਮੇਰੇ ਮਨ ਵਿੱਚ ਕਿਤੇ ਨਾ ਕਿਤੇ ਇਹ ਚੱਲਦਾ ਰਿਹਾ ਕਿ ਮੈਂ, ਕਿਉਂਕਿ ਜਿਹੜੇ ਕੁਛ ਨਵੇਂ ਸ਼ਾਇਰ ਹੈਗੇ ਆ, ਨਵੇਂ ਗਜ਼ਲਕਾਰ ਆ, ਉਹਨਾਂ ਨੂੰ ਸਾਡੇ ਜਿਹੜੇ ਸਥਾਪਿਤ ਗਜ਼ਲਕਾਰ ਹੈ ਜੀ, ਉਹ ਨਾ ਉਹਨਾਂ ਨੂੰ ਬਣੇ ਬਹੁਤਾ ਮਾਨਤਾ ਨਹੀਂ ਦਿੰਦੇ ਹੈਗੇ, ਉਹਨਾਂ ਦਾ ਉਤਸ਼ਾਹ ਨਹੀਂ ਵਧਾਉਂਦੇ ਜੀ। ਮੇਰੀ ਮੁੱਢ ਤੋਂ ਹੀ ਕੋਸ਼ਿਸ਼ ਰਹੀ ਆ ਕਿ ਜਿਹੜੀ ਸਾਡੀ ਨਵੀਂ ਫਸਲ ਹੈ ਉਹਨੂੰ ਤਿਆਰ ਕੀਤਾ ਜਾਣਾ ਚਾਹੀਦਾ ਜੀ, ਤੇ ਜੇ ਅਸੀਂ ਸਾਥੋਂ ਬਾਅਦ ਜਿਹੜਾ ਜੇ ਅਸੀਂ ਆਪਣੀ ਜ਼ਮੀਨ ਨੂੰ ਕਿਸੇ ਨੂੰ ਆਪਣੇ ਉਹਨੂੰ ਵਾਰਸ ਨਹੀਂ ਬਣਾਉਂਦੇ ਜੀ, ਤਾਂ ਇਹ ਕੋਈ ਵਧੀਆ ਗੱਲ ਨਹੀਂ ਹੈ, ਵਧੀਆ ਪੈਰ ਨਹੀਂ ਹੈ ਇਹ ਜੀ। ਤੇ ਮੇਰੀ ਕੋਸ਼ਿਸ਼ ਰਹੀ ਆ ਕਿ ਜਿਹੜੇ ਸਥਾਪਿਤ ਨਾਂ ਹੈਗੇ ਉਹਨਾਂ ਦੇ ਨਾਲ ਨਾਲ ਜਿਹੜੇ ਨਵੇਂ ਲਿਖਣ ਵਾਲੇ ਆ ਉਹਨਾਂ ਦੇ ਉਤਸ਼ਾਹ ਨੂੰ ਵੀ ਵਧਾਇਆ ਜਾਏ ਜੀ। ਤੇ ਫਿਰ ਮੈਂ ਉਰਪਤ ਬਾਜਵਾ ਸਾਹਿਬ ਜਿਹਨਾਂ ਨੇ ਆਪਣੀ ਤਗੜੀ ਬਿਠਾਈ ਹੋਈ ਸੀ, ਅਸੀਂ ਪੱਗ ਵੜ ਭਰਾ ਸੀ ਜੀ, ਤੇ ਅਸੀਂ ਦੋਹਾਂ ਨੂੰ ਸਲਾਹ ਕੀਤੀ ਬਾਜਵਾ ਸਾਹਿਬ ਦੇ, ਅਸੀਂ ਇੱਕ ਏਦਾਂ ਦੀ ਕਿਤਾਬ ਕੱਢੀਏ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਜਗ੍ਹਾ ਮਿਲੇ, ਤੇ ਜਿਹੜੇ ਨਵੇਂ ਬੱਚੇ ਹੈਗੇ ਆ ਖਾਸ ਤੌਰ ਤੇ ਉਹਨਾਂ ਨੂੰ ਉਹਨਾਂ ਨੂੰ ਹੌਸਲਾ ਦਿੱਤਾ ਜਾਵੇ ਲਿਖਣ ਲਈ ਜੀ, ਪ੍ਰੇਰਿਆ ਜਾਏ। ਤੇ ਉਹ ਸਾਡੀ ਕਿਤਾਬ ਸੀ ਵਧੀਆ ਸ਼ੇਰ ਪੰਜਾਬੀ ਦੇ ਜੀ, ਇਹ ਬੜੀ ਮਕਬੂਲ ਹੋਈ। ਉਸ ਤੋਂ ਬਾਅਦ ਫਿਰ ਬਾਜਵਾ ਸਾਹਿਬ ਨਹੀਂ ਰਹੇ ਜੀ, ਤੇ ਮੇਰੀ ਕਿਤਾਬ ਆਈ ਸੀ ਮਹਿਫਲ ਸ਼ੇਰਾਂ ਦੀ, ਲਾਹੌਰ ਬੁੱਕ ਸ਼ਾਪ ਨੇ ਛਾਪੀ ਸੀ ਜੀ, ਉਹ ਵੀ ਕਾਫੀ ਲੋਕਾਂ ਨੇ ਪਸੰਦ ਕੀਤੀ। ਫਿਰ ਮੇਰੀ ਇੱਕ ਕਿਤਾਬ ਸੀ ਸਰਦੀ ਸਾਹਿਬ ਦੇ ਨਾਲ ਜੀ, ਬਹੁਤ ਵੱਡੀ ਕਿਤਾਬ ਸੀ ਉਹ ਵੀ ਸ਼ੇਰਾਂ ਦੀ ਕਿਤਾਬ ਸੀ, ਇੱਕ ਚੋਣਵੇਂ ਪੰਜਾਬੀ ਸ਼ੇਰ ਸੀ ਨਾ, ਹਾਂਜੀ ਹਾਂਜੀ ਹਾਂਜੀ, ਤੇ ਪੰਜਾਬੀ ਦੇ ਉਮਦਾ ਸ਼ੇਰ ਜੀ। ਤੇ ਹੁਣ ਮੇਰੀ ਕਿਤਾਬ ਇੱਕ ਆਈ ਸੀ ਸ਼ੇਰ ਅਰਜ਼ ਹੈ ਜੀ, ਜਿਹੜੀ 320-23 ਦੀ ਕਿਤਾਬ ਆ, ਉਹਦੇ ਵਿੱਚ ਵੀ ਜਿਹੜੇ ਬੱਚੇ ਨਵੇਂ ਲਿਖਦੇ ਹੈਗੇ ਆ ਮੈਂ ਉਹਨਾਂ ਨੂੰ ਸ਼ਾਮਿਲ ਕੀਤਾ ਜੀ। ਤੇ ਜਿਹੜੀ ਏਦਾਂ ਦੀ ਕਿਤਾਬ ਆ ਉਹ ਮੈਂ 3-4 ਸਾਲ ਬਾਅਦ ਜ਼ਰੂਰ ਦਿੰਦਾ, ਇਸ ਲਈ ਕਿ ਜਿਹੜੇ ਸਾਡੀ ਨਵੀਂ ਫਸਲ ਹੈ ਉਹ ਤਿਆਰ ਹੁੰਦੀ ਰਹੇ, ਉਹਨਾਂ ਨੂੰ ਹੌਸਲਾ ਮਿਲਦਾ ਰਹੇ। ਸੋ ਰੋਸ਼ਨ ਸਾਹਿਬ, ਕਿਤਾਬਾਂ ਦੇ ਨਾਲ ਨਾਲ ਅਸੀਂ ਗੱਲ ਕਰੀਏ ਕਿ ਕਿਤਾਬਾਂ ਤਾਂ ਆਪਣੇ ਛਪਦੀਆਂ ਨੇ, ਫਿਰ ਅਖਬਾਰ ਛਪਦੇ ਨੇ, ਉਹ ਅੱਜ ਕੱਲ੍ਹ ਕਾਫੀ ਜਗ੍ਹਾ ਸਾਹਿਤ ਨੂੰ ਦਿੰਦੇ ਨੇ ਵਿਸ਼ੇ, ਹਰ ਹਫ਼ਤਾਵਾਰ ਅੰਕ ਉਹਨਾਂ ਦੇ ਹੁੰਦੇ ਨੇ ਮੈਗਜ਼ੀਨ, ਲੇਕਿਨ ਜੋ ਬਕਾਇਦਾ ਰਸਾਲੇ ਨੇ ਸਾਹਿਤ ਦੇ ਉਹਨਾਂ ਦੇ ਵਿੱਚ ਤੁਸੀਂ ਵੀ ਜੁੜੇ ਰਹੇ ਹੋ, ਕੁਛ ਰਸਾਲਿਆਂ ਦੇ ਨਾਲ ਤੁਹਾਡਾ ਵਾਸਤਾ ਰਿਹਾ, ਉਹਨਾਂ ਦੀ ਕੀ ਸਥਿਤੀ ਹੈ ਇਸ ਵੇਲੇ? ਦੇਖੋ ਜੀ, ਇਸ ਤਰ੍ਹਾਂ ਕਿ ਰਸਾਲੇ ਬਹੁਤ ਘੱਟ ਪੜ੍ਹੇ ਜਾਂਦੇ ਆ ਜੀ, ਤੇ ਇਹ ਵੀ ਮੈਂ ਬੇਬਾਕ ਹੋ ਕੇ ਕਹਿੰਦਾ ਕਿਉਂਕਿ ਇਹ ਕੋਈ ਇਲਜ਼ਾਮ ਨਹੀਂ ਮੈਂ ਕਿਸੇ ਤੇ ਲਾਉਂਦਾ, ਕਿਉਂਕਿ ਹਰ ਇੱਕ ਰਸਾਲੇ ਵਾਲੇ ਦੀ ਆਪੋ ਆਪਣੀ ਪਾਲਿਸੀ ਹੁੰਦੀ ਆ ਜੀ ਜੀ, ਤੇ ਉਹਦਾ ਆਪੋ ਆਪਣਾ ਦ੍ਰਿਸ਼ਟੀਕੋਣ ਹੁੰਦਾ। ਜਿਹੜੇ ਰਸਾਲੇ ਵੀ ਛਪਦੇ ਆ ਉਹ ਵੀ ਮੇਰਾ ਖਿਆਲ ਆ ਕਿ ਉਹ ਵੀ ਥੋੜਾ ਜਿਹਾ ਗਰੁੱਪਿਜ਼ਮ ਦੇ ਵਿੱਚ ਫਸੇ ਹੋਏ ਆ ਜੀ, ਉਹਨਾਂ ਨੇ ਆਪਣਾ ਆਪਣੇ ਬੰਦਿਆਂ ਨੂੰ ਛਾਪਣਾ ਹੁੰਦਾ, ਤੇ ਉਹਨਾਂ ਨੂੰ ਅੱਗੇ ਜਿਹੜਾ ਹੈ ਪੇਸ਼ ਕਰਨਾ ਹੁੰਦਾ ਜੀ,
ਤੇ ਠੀਕ ਆ, ਅੱਛਾ ਕੰਮ ਵੀ ਕਰ ਰਿਹਾ, ਲੇਕਿਨ ਮੈਂ ਨੀ ਸਮਝਦਾ ਕਿ ਜਿਹੜੇ ਰਸਾਲੇ ਹੈਗੇ ਆ ਬਹੁਤੇ, ਸਾਰੇ ਨੀ ਮੈਂ ਕਹਿੰਦਾ ਹੈ, ਜਿਹੜੇ ਬਹੁਤੇ ਰਸਾਲੇ ਹੈਗੇ ਆ ਉਹ ਜਿਹੜੇ ਆਪਣੇ ਆਪਣੇ ਗਰੁੱਪ ਨੂੰ ਚਮਕਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਤੇ ਤੁਸੀਂ ਹੈਰਾਨ ਹੋਣਾ ਕਿ ਅੱਜ ਤੱਕ ਨਾ, ਕਾਫੀ ਦੇਰ ਤੋਂ 5-6 ਸਾਲ ਹੋ ਗਏ, ਨਾ ਕਿਸੇ ਰਸਾਲੇ ਵਾਲੇ ਨੇ ਮੈਥੋਂ ਕੋਈ ਰਚਨਾ ਮੰਗੀ ਆ, ਨਾ ਮੈਂ ਭੇਜੀ ਆ। ਮੈਂ ਤਾਂ ਹੁਣ ਅਖਬਾਰ ਨੂੰ ਵੀ ਨੀ ਭੇਜਦਾ, ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜਿਹੜਾ ਸੋਸ਼ਲ ਮੀਡੀਆ ਆ ਜੀ, ਉਹ ਇਸ ਵੇਲੇ ਬਹੁਤ ਨਿੱਗਰ ਪੋਜੀਸ਼ਨ ਆ ਉਹਦੀ, ਬਹੁਤ ਵੱਡਾ ਉਹਦਾ ਦਾਇਰਾ ਆ ਜੀ। ਤੁਹਾਡੀ ਇੱਕ ਰਚਨਾ ਜਿਹੜੀ ਹੈਗੀ ਆ, ਜਦੋਂ ਤੁਸੀਂ ਸੋਸ਼ਲ ਮੀਡੀਆ ਵਿੱਚ ਪਾਉਂਦੇ ਆ ਤਾਂ ਉਹ ਲੱਖਾਂ ਲੋਕਾਂ ਤੱਕ ਪਹੁੰਚ ਰੱਖਦੀ ਆ ਜੀ। ਇੱਕ ਹੋਰ ਸੋਸ਼ਲ ਮੀਡੀਆ ਦੀ ਖੂਬੀ ਆ ਜੀ ਕਿ ਤੁਹਾਡੀ ਇੱਕ ਪਾਈ ਹੋਈ ਜਿਹੜੀ ਰਚਨਾ ਹੈ ਉਹ ਕਿਤੇ ਜਾਂਦੀ ਨਹੀਂ, ਉਹ ਵਾਰ ਵਾਰ ਸਾਹਮਣੇ ਆਉਂਦੀ ਆ ਜੀ। ਜੇ ਤੁਸੀਂ ਅਖਬਾਰ ਵਿੱਚ ਛਾਪਦੇ ਹੋ ਤਾਂ ਬਸ ਉਹਦੀ ਜ਼ਿੰਦਗੀ ਅਖਬਾਰ ਦੀ ਇੱਕ ਦਿਨ ਦੀ ਹੁੰਦੀ ਆ ਬਿਲਕੁਲ। ਤੇ ਜਿਹੜਾ ਰਸਾਲਾ ਹੈ ਜੇ ਉਹ ਮਹੀਨਾ ਵਾਰ ਦਾ, ਮਹੀਨੇ ਦੀ ਜ਼ਿੰਦਗੀ ਆ ਜੀ, ਜੇ ਉਹ 2 ਮਾਸਕ ਜਾਂ 3 ਮਾਸਕ ਆ 19 ਉਹਦੀ ਲਾਈਫ, ਮਤਲਬ ਅਗਲੇ ਅੰਕ ਤੱਕ ਹੀ ਹੈ, ਅਗਲੇ ਅੰਕ ਤੱਕ, ਪਿਛਲਾ ਖਤਮ ਹੋ ਜਾਂਦਾ ਜੀ। ਲੇਕਿਨ ਜਿਹੜਾ ਸੋਸ਼ਲ ਮੀਡੀਆ, ਕਈ ਸੋਸ਼ਲ ਮੀਡੀਆ ਦੀ ਨਿੰਦਾ ਵੀ ਕਰਦੇ ਆ, ਲੇਕਿਨ ਮੈਂ ਸਮਝਦਾ ਜਿੰਨਾ ਕੁ ਮੇਰਾ ਆਪਣਾ ਤਜਰਬਾ ਆ ਜੀ, ਹੁਣ ਜਿੰਨੇ ਵੀ ਮੇਰੇ ਲਿਸਟ ਵਿੱਚ ਦੋਸਤ ਹੈਗੇ ਆ ਉਹ ਸਾਰੀ ਕਰੀਮ ਆ ਜੀ। ਮੈਂ ਜਿਹੜਾ ਕੋਈ ਕੱਟੜਤਾ ਵਾਲਾ ਕੋਈ ਸ਼ਖਸ ਹੈ ਜਾਂ ਕੋਈ ਜਿਹਦੀ ਵਿਚਾਰਧਾਰਾ ਮੇਰੇ ਨਾਲ ਮੇਲ ਨਹੀਂ ਖਾਂਦੀ, ਮੈਂ ਉਹਨੂੰ ਫੌਰਨ ਡਿਲੀਟ ਕਰ ਦਿੰਦਾ। ਮੈਂ ਮਹਿਸੂਸ ਕਰਦਾ ਕਿ ਮੇਰੇ ਕੋਲ ਇੱਕ ਬਹੁਤ ਵੱਡਾ ਗਰੁੱਪ ਹੈ ਜੀ, ਮਿੱਤਰਾਂ ਦੋਸਤਾਂ ਦਾ, ਜਿਹੜੇ ਅਦਬ ਨਾਲ ਜੁੜੇ ਹੋਏ ਆ, ਜਿਹੜੇ ਕਲਾ ਨਾਲ ਜੁੜੇ ਹੋਏ ਆ, ਤੇ ਇਹ ਕੋਈ ਛੋਟੀ ਮੋਟੀ ਪ੍ਰਾਪਤੀ ਨਹੀਂ ਹੈ। ਹੁਣ ਤੁਸੀਂ ਹੈਰਾਨ ਹੋਣਾ ਕਿ ਮੇਰੀ ਜਿਹੜੀ ਇੱਕ ਰਚਨਾ ਹੈ ਉਹ ਲਗਭਗ 4,000 ਵਾਰੀ ਸ਼ੇਅਰ ਹੋਈ ਜੀ, 4,000 ਵਾਰੀ। ਹੁਣ ਤੁਸੀਂ ਆਪ ਇਹਨੂੰ ਮਲਟੀਪਲਾਈ ਕਰੋ ਵੀ ਉਹ ਰਚਨਾ ਕਿੰਨੇ ਲੋਕਾਂ ਤੱਕ ਪਹੁੰਚੀ ਹੋਏਗੀ ਜੀ। ਜੀ ਬਿਲਕੁਲ। ਤੇ ਪੰਜਾਬੀ ਅਖਬਾਰਾਂ ਤੁਸੀਂ ਆਪਣੇ ਪਿੰਡ ਜਾਂ ਆਪਣੇ ਸ਼ਹਿਰ ਵਿੱਚ ਹੀ ਆਸੇ ਪਾਸੇ ਦੇਖ ਲਓ ਕਿ ਲੋਕ ਕਿੰਨੀ ਕੁ ਪੜ੍ਹਦੇ ਆ ਪੰਜਾਬੀ ਅਖਬਾਰ ਨੂੰ ਜੀ, ਜਾਂ ਇੱਕ ਰਸਾਲੇ ਦੀ ਕਿੰਨੀ ਕੁ ਪਹੁੰਚਦਾ। ਤੇ ਜਿਹੜਾ ਸੋਸ਼ਲ ਮੀਡੀਆ, ਅੱਜ ਕੱਲ੍ਹ ਤਾਂ ਸਾਡੇ ਪਿੰਡਾਂ ਵਿੱਚ ਵੀ ਜਿਹੜੀਆਂ ਘਰੇਲੂ ਔਰਤਾਂ ਹੈਗੀਆਂ ਉਹ ਵੀ ਸੋਸ਼ਲ ਮੀਡੀਆ ਨਾਲ ਜੁੜੀਆਂ ਹੋਈਆਂ ਜੀ ਬਿਲਕੁਲ। ਇਹ ਜਿਹੜਾ ਸੋਸ਼ਲ ਮੀਡੀਆ ਹੈ ਬਹੁਤ ਵੱਡਾ, ਬਹੁਤ ਵੱਡਾ ਜਿਹੜਾ ਹੈ ਥਾਂ ਹੈ ਇਹ, ਰਸਾਲਿਆਂ ਦੇ ਨਾਲੋਂ ਜਾਂ ਕਿਸੇ ਅਖਬਾਰ ਦੇ ਛਪਣ ਦੇ ਨਾਲੋਂ ਮੈਂ ਸੋਸ਼ਲ ਮੀਡੀਆ ਨੂੰ ਜ਼ਿਆਦਾ ਤਰਜੀਹ ਦਿੰਦਾ ਜੀ। ਅੱਛਾ, ਤੁਸੀਂ ਕਾਫੀ ਸਾਰੀਆਂ ਖੂਬੀਆਂ ਰੋਸ਼ਨ ਸਾਹਿਬ ਸੋਸ਼ਲ ਮੀਡੀਆ ਦੀਆਂ ਗਣਾਈਆਂ ਨੇ, ਕੁਛ ਨੁਕਸਾਨ ਵੀ ਤੁਹਾਨੂੰ ਨਜ਼ਰ ਆਉਂਦੇ ਨੇ? ਹਾਂ ਬਿਲਕੁਲ, ਨੁਕਸਾਨ ਵੀ ਹੈਗੇ ਆ। ਨੁਕਸਾਨ ਇਸ ਤਰ੍ਹਾਂ ਆ ਕਿ ਜਿਹੜਾ ਸਾਡੇ ਸਾਹਿਤਕ ਖੇਤਰ ਵਿੱਚ ਨੁਕਸਾਨ ਇਹ ਹੈ ਜੀ ਕਿ ਕਈ ਜਿਹੜੇ ਦੋਸਤ ਹੈਗੇ ਆ ਸਾਡੇ, ਨਵੇਂ ਵੀ ਪੁਰਾਣੇ ਵੀ, ਉਹ ਕਈ ਵਾਰੀ ਏਦਾਂ ਦੀ ਰਚਨਾ ਪੋਸਟ ਕਰ ਦਿੰਦੇ ਜਿਹਦਾ ਕੋਈ ਮਿਆਰ ਨਹੀਂ ਹੁੰਦਾ ਜੀ, ਜਿਹੜੀ ਸੋਸ਼ਲ ਮੀਡੀਆ ਵਿੱਚ ਨਹੀਂ ਜਾਣੀ ਚਾਹੀਦੀ ਸੀ। ਤੇ ਜੇ ਮੰਨ ਲਓ ਗਜ਼ਲ ਹੀ ਅਸੀਂ ਤੁਕਬੰਦੀ ਕੀਤੀ ਹੋਈ ਆ, ਉਹਦੇ ਵਿੱਚ ਉਹਦੇ ਸ਼ੇਰਾਂ ਵਿੱਚ ਜਾਨ ਨਹੀਂ ਹੈ ਜੀ, ਜਾਂ ਸ਼ੇਰ ਪੜ੍ਹਦੇ ਹੋਏ ਵਿਸਫੋਟ ਨਹੀਂ ਹੁੰਦਾ, ਜਾਂ ਕਹਿ ਲਓ ਦੇਸੀ ਸ਼ਬਦਾਂ ਵਿੱਚ ਚੰਗਿਆੜੇ ਨਹੀਂ ਨਿਕਲਦੇ ਜੀ ਕਿਸੇ ਸ਼ੇਰ ਦੇ ਵਿੱਚੋਂ, ਤਾਂ ਉਹ ਮੈਂ ਉਹਨੂੰ ਸ਼ੇਰ ਨਹੀਂ ਸਮਝਦਾ ਜੀ। ਹੁਣ ਕਈ ਦੋਸਤ ਜਿਹੜੇ ਹੈਗੇ ਆ ਉਹ ਸਿਰਫ ਤੁਕਬੰਦੀ ਜਿਹੜੀ ਹੈਗੀ ਆ ਉਹ ਪਾ ਦਿੰਦੇ ਆ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਜੀ, ਜਾਂ ਕਈ ਇੰਨੀ ਬੌਧਕ ਲਿਖ ਦਿੰਦੇ ਆ, ਬੌਧਕ ਲਿਖਦੇ ਲਿਖਦੇ ਉਹ ਬੇਵਜ਼ਨ ਹੋ ਜਾਂਦੇ ਆ, ਜਾਂ ਗਜ਼ਲ ਦੇ ਸ਼ੇਰਾਂ ਦੀ ਜਾਂ ਗਜ਼ਲ ਦੇ ਨਜ਼ਮਾਂ ਦੀ ਪਾਲਣਾ ਨਹੀਂ ਕਰਦੇ ਜੀ, ਉਹ ਵੀ ਗਲਤ ਆ। ਤੁਕਬੰਦੀ ਵੀ ਗਲਤ ਆ, ਤੇ ਜਿਹੜਾ ਬੌਧਕਤਾ ਨੂੰ ਜ਼ਿਆਦਾ ਉੱਪਰ ਤੱਕ ਲੈ ਜਾਣਾ ਕਿ ਜਿਹੜੇ ਸਾਡੇ ਅਸਲੀ ਨਾਇਕ ਹੈਗੇ ਆ, ਸਾਡੇ ਮਜ਼ਦੂਰ ਹਨ, ਕਿਸਾਨ ਮਾਨ ਪੇਦੂ ਔਰਤਾਂ ਹੈਗੀਆਂ, ਜਿਹੜੇ ਸਾਡੇ ਹੋਰ ਲੋਕ ਹੈਗੇ ਆ ਜਿਹੜੇ
ਕਿ ਅਜੇ ਇੰਨੇ ਅਵੇਅਰ ਨਹੀਂ ਹੋਏ, ਜੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰਦੇ ਤਾਂ ਸਾਡੀ ਸ਼ਾਇਰੀ ਕਿਸੇ ਕੰਮ ਦੀ ਨਹੀਂ ਜੀ। ਸਾਡਾ ਜਿਹੜਾ ਸ਼ੇਰ ਵਾ ਉਹ ਹਰ ਇੱਕ ਬੁੱਧੀਜੀਵੀ ਨੂੰ ਵੀ ਸਮਝ ਪਵੇ, ਔਰ ਜਿਹੜਾ ਇੱਕ ਆਮ ਇਨਸਾਨ ਆ ਉਹਦੇ ਵੀ ਉਹ ਖਾਣੇ ਪੈਣਾ ਚਾਹੀਦਾ ਜੀ। ਜੀ ਸੋ ਰੋਸ਼ਨ ਸਾਹਿਬ, ਅੱਜ ਮਤਲਬ ਫਾਇਦਾ ਤੁਹਾਡਾ ਉਠਾਈਏ ਥੋੜਾ ਜਿਹਾ ਸੰਖੇਪ ਦੇ ਵਿੱਚ, ਕਿ ਇੱਕ ਚੰਗਾ ਸ਼ੇਰ ਕਿਹੜਾ ਹੋ ਸਕਦਾ, ਕੀ ਖੂਬੀਆਂ ਹੋਣੀਆਂ ਚਾਹੀਦੀਆਂ ਇਹਦੇ ਵਿੱਚ ਮੋਟੇ ਤੌਰ ਤੇ? ਮੈਂ ਤਾਂ ਇਹ ਕਹਿੰਦਾ ਜੀ, ਜਿਹੜਾ ਮੇਰੇ ਅਨੁਸਾਰ ਜਿਹੜੀ ਪਰਿਭਾਸ਼ਾ ਸ਼ੇਰ ਦੀ ਇਹ ਹੈ ਕਿ ਜਿਹੜਾ ਪਹਿਲਾ ਮਿਸਰਾ ਹੈ ਸ਼ੇਰ ਦਾ, ਉਹਦੇ ਵਿੱਚ ਉਤਸੁਕਤਾ ਪੈਦਾ ਹੋਣੀ ਚਾਹੀਦੀ ਹੈ ਜੀ। ਉਹਦੇ ਵਿੱਚ ਉਤਸੁਕਤਾ ਪੈਦਾ ਹੋਣੀ ਚਾਹੀਦੀ ਕਿ ਅੱਗੇ ਕੀ ਹੋਣ ਵਾਲਾ। ਜਦੋਂ ਅਸੀਂ ਸ਼ੇਰ ਨੂੰ ਮੁਕੰਮਲ ਕਰਦੇ ਹਾਂ, ਸ਼ੇਰ ਦੇ ਅੰਤ ਵਿੱਚ ਜਾ ਕੇ ਜਦੋਂ ਅਸੀਂ ਦੂਸਰਾ ਮਿਸਰਾ ਮੁਕੰਮਲ ਕਰਦੇ ਹਾਂ ਤਾਂ ਉੱਥੇ ਇੱਕ ਵਿਸਫੋਟ ਹੋਣਾ ਚਾਹੀਦਾ, ਜਿਵੇਂ ਮੈਂ ਦੱਸਿਆ ਦਿਲ ਵਿੱਚ ਕੋਈ ਨਾ ਕੋਈ ਜਿਹੜਾ ਹੈ ਉਹ ਕੁਛ ਨਾ ਕੁਛ ਅਗਨ ਪੈਦਾ ਹੋਣੀ ਚਾਹੀਦੀ ਜੀ। ਜੀ ਮਤਲਬ ਮੈਂ ਤੁਹਾਡਾ ਇੱਕ ਸ਼ੇਰ ਤੁਹਾਡੇ ਨਾਲ ਸਾਂਝਾ ਕਰਾਂ ਕਿ ਮੇਰੇ ਦਿਲ ਦੇ ਕਿਸੇ ਕੋਨੇ 'ਚ ਕੁਝ ਕੁਝ ਹੋਣ ਲੱਗਦਾ ਹੈ, ਜਦੋਂ ਇੱਕ ਹੱਸਦਾ ਬੱਚਾ ਅਚਾਨਕ ਰੋਣ ਲੱਗਦਾ, ਵਿਸਫੋਟ ਹੋ ਗਿਆ। ਗੰਭੀਰ ਵਿਸ਼ੇ ਤੇ ਗੱਲ ਕੀਤੀ ਆ ਜਾਂ ਤੁਸੀਂ ਕੋਈ ਜਾਂ ਹੰਝੂ ਨਿਕਲਣੇ ਚਾਹੀਦੇ ਆ ਜਾਂ ਹਾਸਾ ਨਿਕਲਣਾ ਚਾਹੀਦਾ, ਮਤਲਬ ਤੁਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣੇ ਚਾਹੀਦੇ ਆ ਜੀ। ਰੋਸ਼ਨ ਸਾਹਿਬ, ਛੋਟੀ ਜਿਹੀ ਇੱਕ ਬ੍ਰੇਕ ਲਵਾਂਗੇ ਆਪਾਂ, ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਕੁਛ ਸੁਨੇਹੇ ਵੀ ਆਏ ਤੁਹਾਡੇ ਲਈ ਸਾਂਝੇ ਕਰਾਂਗੇ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਣੇ ਜੀ। ਠੀਕ ਹੈ ਜਨਾਬ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ। ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ ','//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 
750-0081 ਆਨੰਦ ਟਰੱਕ ਰਿਪੇਅਰ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਜੇਬੀ ਟਰੱਕ ਰਿਪੇਅਰ, ਯੂਪਾ ਸਿਟੀ ਸਰਟੀਫਾਈਡ ਕਿਊਮਿਨਸ, ਡੈਟਰੋਇਟ ਫਰੀਟਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨਸ, 5 ਸਾਲ ਦਾ ਫਰੀਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, ਏਸੀ, ਇਲੈਕਟ੍ਰੀਕਲ, ਡੀਪੀਐਫ, ਡੀਈਐਫ ਰਿਪੇਅਰ ਕਰਦੇ ਹਨ। ਟ੍ਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ ਡੀਓਟੀ ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ ਡੀਓਟੀ ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 7301 ਬੇਲੀ ਰੋਡ, ਯੂਬਾ ਸਿਟੀ, ਹਾਈਵੇ 99 ਅਤੇ ਓਬੈਨੀਅਨ ਰੋਡ ਦੇ ਨਜ਼ਦੀਕ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ, ਤੁਸੀਂ ਸੁਣ ਰਹੇ ਹੋ ਜੀ ਆਇਆਂ ਨੂੰ। ਅਤੇ ਜੀ ਆਇਆਂ ਨੂੰ ਦੇ ਸਾਡਾ ਅੱਜ ਦੇ ਮਹਿਮਾਨ ਨੇ ਉਸਤਾਦ ਸ਼ਾਇਰ ਜਨਾਬ ਗੁਰਦਿਆਲ ਰੋਸ਼ਨ। ਰੋਸ਼ਨ ਸਾਹਿਬ, ਇੱਕ ਤੁਹਾਡੇ ਲਈ ਸੁਨੇਹਾ ਆਇਆ ਮੋਗਾ ਤੋਂ। ਡਾਕਟਰ ਸੀਮਾ ਭਾਟੀਆ ਲਿਖਦੇ ਆ ਕਿ ਨਮਸਕਾਰ, ਪਹਿਲਾਂ ਤਾਂ ਇਹਨਾਂ ਨੇ ਕਿਹਾ ਜੀ ਨਮਸਕਾਰ ਜੀ, ਅਤੇ ਕਹਿੰਦੇ ਰੋਸ਼ਨ ਜੀ ਨੂੰ ਪ੍ਰੋਂਚ ਜੀ ਆਇਆਂ ਨੂੰ ਗੱਲਬਾਤ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਰਹੀ। ਵਾਕਈ ਰੋਸ਼ਨ ਜੀ ਨੇ ਸਹੀ ਕਿਹਾ ਕਿ ਅੱਜ ਬਾਲ ਸਾਹਿਤ ਨੂੰ ਮਨੋਵਿਗਿਆਨਕ ਪੱਧਰ 'ਤੇ ਅਤੇ ਵਿਗਿਆਨਕ ਪੱਧਰ ਦੇ ਉੱਤੇ ਰਚਣ ਦੀ ਸਖ਼ਤ ਲੋੜ ਹੈ। ਨਵੇਂ ਕਲਮਕਾਰਾਂ ਲਈ ਕਹਿੰਦੇ ਗਜ਼ਲ ਲਿਖਣ ਦੇ ਸੌਖੇ ਸ਼ਬਦਾਂ 'ਚ ਤਕਨੀਕੀ ਟੋਟਕੇ ਜਾਂ ਟਿਪਸ ਕਹਿੰਦੇ ਜ਼ਰੂਰ ਕੁਛ ਸਾਂਝੇ ਕਰ ਦਿਓ ਅਗਰ ਹੋ ਸਕੇ ਤਾਂ। ਅਤੇ ਰੋਸ਼ਨ ਜੀ ਨੂੰ ਦਿਲੀ ਦੁਆਵਾਂ ਕਿ ਉਹ ਆਪਣੀਆਂ ਉਮਦਾ ਸਾਹਿਤ ਦੇ ਨਾਲ ਕਹਿੰਦੇ ਸਾਡਾ ਜਿਹੜਾ ਰਾਹ ਰਚਨਾਉਂਦੇ ਰਹਿਣ ਜੀ। ਆਮੀਨ, ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਦਾ ਜੀ। ਸੋ ਰੋਸ਼ਨ ਸਾਹਿਬ, ਮੁਖਤਲਿਫ ਜਿਹੜੇ ਸਾਡੇ ਉਸਤਾਦ ਲੋਕ ਨੇ ਉਹਨਾਂ ਨੇ ਗਜ਼ਲ ਦੀ ਵਿਧਾ ਵਿਧਾਨ ਤਕਨੀਕ ਦੇ ਉੱਤੇ ਵੀ ਕਿਤਾਬਾਂ ਰਚੀਆਂ ਨੇ। ਦੀਪਕ ਜੈਤੋਈ ਸਾਹਿਬ ਦਾ ਜ਼ਿਕਰ ਕਰੋ, ਤਮਾਮ ਜਿੰਨੇ ਵੀ ਉਸਤਾਦ ਲੋਕ ਹੋਏ ਨੇ। ਅੱਜ ਵੀ ਕੁਛ ਨਵੀਆਂ ਕਿਤਾਬਾਂ ਆ ਰਹੀਆਂ ਨੇ ਸਾਡੇ ਕੋਲ, ਸੁਲੱਖਣ ਸਰਹੱਦੀ ਹੋਰਾਂ ਦੀ ਕਿਤਾਬ ਆ ਰਹੀ ਹੈ, ਸਾਡੇ ਕੋਲ ਸੰਧੂ ਸਾਹਿਬ ਦੀ ਕਿਤਾਬ ਹੈ, ਹਰਜਿੰਦਰ ਬਲ ਹੋਰਾਂ ਦੀ ਕਿਤਾਬ ਹੈ। ਮਤਲਬ ਤੁਹਾਡੇ ਬਾਰੇ ਦੱਸੋ ਕਿ ਤੁਸੀਂ ਇਸ ਦੇ ਉੱਤੇ ਵੀ ਕੰਮ ਕੀਤਾ। ਦੇਖੋ ਜੀ, ਮੈਂ ਕੁਛ ਆਰਟੀਕਲ ਲਿਖੇ ਆ ਆਪਣੇ, ਲੇਕਿਨ ਕਿਤਾਬ ਨੀ ਮੈਂ ਛਾਪੀ ਜੀ। ਕਿਤਾਬ ਮੈਂ ਇਸ ਲਈ ਜ਼ਰੂਰਤ ਨੀ ਮਹਿਸੂਸ ਕੀਤੀ ਕਿ ਜਿਹੜੀ ਉਸਤਾਦ ਸਾਹਿਬ ਦੀ ਕਿਤਾਬ ਹੈ ਗਜ਼ਲ ਕੀ ਹੈ, ਉਹ ਇੱਕ ਮੁਕੰਮਲ ਪੁਸਤਕ ਵਾ ਜੀ। ਜਿਹੜੀਆਂ ਬਾਕੀ ਪੁਸਤਕਾਂ ਲਿਖੀਆਂ ਗਈਆਂ ਅਰੂਜ਼ ਬਾਰੇ ਜਾਂ ਗਜ਼ਲ ਬਾਰੇ, ਉਹ ਵੀ ਉਸੇ ਪੁਸਤਕ ਤੋਂ ਪ੍ਰਭਾਵਿਤ ਹੈਗੀਆਂ ਜੀ ਬਹੁਤੀਆਂ। ਤੇ ਇਸ ਲਈ ਮੈਂ ਜਿਹੜਾ ਹੈ, ਮੇਰੇ ਵਾਸਤੇ ਤਾਂ ਜਿਹੜੀ ਉਸਤਾਦ ਸਾਹਿਬ ਦੀ ਪੁਸਤਕ ਆ ਬਹੁਤ ਅਹਿਮ ਆ ਜੀ, ਤੇ ਇਸ ਲਈ ਮੈਂ ਲੋੜ ਨੀ ਮਹਿਸੂਸ ਕਰਦਾ ਕਿ ਮੈਂ ਕੋਈ ਪੁਸਤਕ ਲਿਖਾਂ। ਲੇਕਿਨ ਮੈਂ ਇਹਦੇ ਨਾਲ ਨਾਲ ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਜਿਵੇਂ ਸਵਾਲ ਉਠਾਇਆ ਗਿਆ ਸੀ ਜਾਂ ਪੁੱਛਿਆ ਸੀ ਉਹਨਾਂ ਨੇ ਜੀ, ਮੈਡਮ ਨੇ ਜੀ, ਕਿ ਜਿਹੜਾ ਅਰੂਜ਼ ਹੈ ਇਹਦੇ ਕੋਲੋਂ ਡਰਨ ਦੀ ਲੋੜ ਨਹੀਂ। ਤੇ ਸਾਡੇ ਕੁਛ ਉਸਤਾਦ, ਸਾਰੇ ਨੀ ਮੈਂ ਕਹਿ ਸਕਦਾ ਜੀ, ਉਹ ਕਈ ਵਾਰੀ ਨਾ ਅਰੂਜ਼ ਦੇ ਨਾਂ ਤੇ ਨਵੇਂ ਲਿਖਣ ਵਾਲਿਆਂ ਦੇ ਦਿਲ ਵਿੱਚ ਡਰ ਪੈਦਾ ਕਰ ਦਿੰਦੇ ਆ, ਸਮਝਾਉਣ ਦੀ ਬਜਾਏ ਡਰਾਇਆ ਜਾਂਦਾ ਰਿਹਾ, ਡਰਾਇਆ ਜਾਂਦਾ ਜਾਂਦਾ, ਜਦਕਿ ਇੱਦਾਂ ਹੋਣਾ ਨੀ ਚਾਹੀਦਾ। ਤੇ ਮੇਰੀ ਕੋਸ਼ਿਸ਼ ਰਹੀ ਆ, ਮੈਂ ਹਮੇਸ਼ਾ ਹੀ ਜਿਹੜਾ ਨਵੇਂ ਬੱਚੇ ਲਿਖਦੇ ਹੈਗੇ ਉਹਨਾਂ ਦਾ ਹੌਸਲਾ ਵਧਾਉਣਾ ਜੀ, ਕਿ ਔਰ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਕੋਈ ਸ਼ਾਇਰ ਗਜ਼ਲਕਾਰ ਹੈ ਉਹ ਮੁਕੰਮਲ ਅਰੂਜ਼ਦਾਨ ਹੋਵੇ। ਇਹ ਵੀ ਕਈ ਵਾਰੀ ਸੰਭਵ ਨਹੀਂ ਹੁੰਦਾ ਕਿ ਕੋਈ ਅਰੂਜ਼ਦਾਨ ਜਿਹੜਾ ਸ਼ਾਇਰ ਹੋਵੇ ਜਾਂ ਗਜ਼ਲਕਾਰ ਹੋਵੇ ਜੀ ਜੀ। ਸੋ ਤੁਹਾਨੂੰ ਅਰੂਜ਼ ਦੀ ਮੁਕੰਮਲ ਜਿਹੜੀ ਜਾਣਕਾਰੀ ਹੈ ਜੇ ਹਾਸਲ ਹੋ ਜਾਂਦਾ ਵਧੀਆ ਗੱਲ ਆ, ਲੇਕਿਨ ਮੁਕੰਮਲ ਜਾਣਕਾਰੀ ਹਾਸਲ ਕਰਨ ਦੀ ਜ਼ਰੂਰਤ ਨਹੀਂ ਹੈ।
ਜਿਹੜੇ ਮੋਟੇ ਮੋਟੇ ਗੁਰਮੰਤਰ ਹੈ ਜਿਵੇਂ ਕਾਫੀਆ ਦੀਪ ਸੌਖੀਆਂ ਸੌਖੀਆਂ ਗੱਲਾਂ ਹੈਗੀਆਂ ਜੀ ਮਤਲਬ ਮਕਤਾ ਜਾਂ ਜਿਹੜੇ ਤਿੰਨ ਅੱਖਰੀ ਸ਼ਬਦ ਹੈਗੇ ਉਹਨਾਂ ਦਾ ਇੱਕ ਵਜ਼ਨ ਹੁੰਦਾ ਜੀ ਇਹ ਕੁਛ ਗੱਲਾਂ ਮੋਟੀਆਂ ਮੋਟੀਆਂ ਆਪਾਂ ਨੂੰ ਦਿਲ ਵਿੱਚ ਬਿਠਾ ਲੈਣੀਆਂ ਚਾਹੀਦੀਆਂ ਬਲਕਿ ਮੈਂ ਸਭ ਨਾਲੋਂ ਜਿਹੜਾ ਸੌਖਾ ਟੋਟਕਾ ਇਹ ਦੱਸਦਾ ਆਪਣੇ ਸ਼ਾਗਿਰਦਾਂ ਨੂੰ ਕਿ ਤੁਸੀਂ ਜ਼ੁਬਾਨ ਦੇ ਵਿੱਚ ਇੱਕ ਸੰਚਾ ਬਣਾ ਲਓ ਜੀ ਕਿਸੇ ਵੀ ਰਦਮ ਦਾ ਕਿਸੇ ਵੀ ਲੈ ਦਾ ਕਿਸੇ ਵੀ ਪਹਿਰ ਦਾ ਜੀ ਉਹ ਜਿੱਦਾਂ ਅਸੀਂ ਪੱਠੇ ਤੇ ਦੇਖਦੇ ਹਾਂ ਬੱਚੇ ਕੰਮ ਕਰਦੇ ਆ ਔਰਤਾਂ ਕੰਮ ਕਰਦੀਆਂ ਉਹ ਸਾਂਚੇ ਦੇ ਵਿੱਚ ਗਾਰਾ ਪਾਉਂਦੀਆਂ ਹੈਗੀਆਂ ਉੱਪਰ ਹੱਥ ਮਾਰ ਕੇ ਸਾਂਚਾ ਨੂੰ ਕੱਢ ਲੈਂਦੀਆਂ ਅੱਗੇ ਫੇਰ ਰੱਖ ਕੇ ਫੇਰ ਗਾਰਾ ਪਾ ਲੈਂਦੀਆਂ ਇੱਦਾਂ ਉਹ ਇੱਟਾਂ ਬਿਲਕੁਲ ਐਨ ਬਰਾਬਰ ਬਣਦੀਆਂ ਤੇ ਕੋਲੀਆਂ ਬਣਦੀਆਂ ਇੱਦਾਂ ਹੀ ਆਪਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ ਇੱਕ ਸ਼ਬਦਾਂ ਦਾ ਸਾਂਚਾ ਲੈ ਅਨੁਸਾਰ ਬਣਾ ਲੈਣਾ ਚਾਹੀਦਾ ਜੀ ਤੇ ਉਹ ਸਾਂਚੇ ਮੁਤਾਬਕ ਤੁਸੀਂ ਇੱਕ ਮਤਲਾ ਲਿਖੋ ਮਤਲੇ ਤੋਂ ਬਾਅਦ ਸ਼ੇਰ ਕਹੋ ਜੇ ਤੁਸੀਂ ਸ਼ੇਰ ਵਿੱਚ ਕਿਤੇ ਤੁਹਾਨੂੰ ਅੜਦਾ ਹੈ ਜਾਂ ਭੁਲੇਖਾ ਪੈਂਦਾ ਹੈ ਤੁਸੀਂ ਮਤਲੇ ਨੂੰ ਫੇਰ ਪੜੋ ਹਜ਼ਾਰ ਵਾਰ ਪੜੋ ਮਤਲਾ ਪੜੋ ਸ਼ੇਰ ਪੜੋ ਮਤਲਾ ਪੜੋ ਪੜੋ ਸ਼ੇਰ ਪੜੋ ਤੁਹਾਨੂੰ ਆਪਣੇ ਆਪ ਹੀ ਅਹਿਸਾਸ ਹੋ ਜਾਏਗਾ ਕਿ ਮੇਰੇ ਸ਼ੇਰ ਵਿੱਚ ਇੱਥੇ ਮੈਂ ਅੜਦਾ ਆ ਇੱਥੇ ਫਸਦਾ ਆ ਇੱਥੇ ਗਲਤੀ ਆ ਸਭ ਨਾਲ ਸੌਖਾ ਤਰੀਕਾ ਇਹ ਆ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹਿਰਾਂ ਦੇ ਨਾਮ ਚੇਤੇ ਰੱਖੋ ਜੇ ਚੇਤੇ ਰੱਖੋ ਜਾਂ ਤਾਂ ਵਧੀਆ ਗੱਲ ਵਾ ਕਿਉਂਕਿ ਜਿਹੜਾ ਗਿਆਨ ਹੈ ਗਿਆਨ ਤਾਂ ਬੜਾ ਵਿਸ਼ਾਲ ਆ ਜਿੰਨਾ ਹਾਸਲ ਹੋ ਜਾਏ ਠੀਕ ਹੁੰਦਾ ਸੋ ਇਹ ਨੀ ਹੈ ਵੀ ਤੁਸੀਂ ਜਿਹੜੀਆਂ ਖੂਬੀਆਂ ਐਬ ਉਹਨਾਂ ਨੂੰ ਰਟਣਾ ਹੈਗਾ ਬੱਚਿਆਂ ਵਾਂਗੂ ਬਸ ਆਪਣੇ ਜ਼ੁਬਾਨ ਵਿੱਚ ਜ਼ਿਹਨ ਦੇ ਵਿੱਚ ਇੱਕ ਸਾਂਚਾ ਬਣਾ ਲਓ ਸਾਂਚੇ ਦੇ ਮੁਤਾਬਕ ਜਿਹੜੇ ਹੈਗੇ ਸ਼ਬਦ ਹੈਗੇ ਉਹਨਾਂ ਨੂੰ ਫਿੱਟ ਕਰੀ ਜਾਓ ਤੇ ਜੇ ਕਿਤੇ ਸ਼ਬਦ ਤੁਹਾਡਾ ਮਿਸਰਾ ਵੱਡਾ ਹੁੰਦਾ ਕਿਤੇ ਸ਼ਬਦ ਨਹੀਂ ਫਸਦਾ ਉਹਦੇ ਸਮਾਨ ਅਰਥਾਂ ਵਾਲਾ ਹੋਰ ਛੋਟਾ ਸ਼ਬਦ ਲੈ ਲਓ ਜੇ ਸਪੇਸ ਘਟਦੀ ਆ ਤਾਂ ਉਹਦੇ ਕਿਸੇ ਸ਼ਬਦ ਦੇ ਸਮਾਨ ਅਰਥਾਂ ਵਾਲਾ ਵੱਡਾ ਸ਼ਬਦ ਲੈ ਲਓ ਸਭ ਨਾਲੋਂ ਸੌਖਾ ਤਰੀਕਾ ਇਹ ਹੈ ਕਿ ਆਪਣੀ ਜ਼ੁਬਾਨ ਦੇ ਵਿੱਚ ਸ਼ਬਦਾਂ ਦਾ ਸਾਂਚਾ ਬਣਾਇਆ ਜਾਵੇ ਜੀ ਸੋ ਥੋੜ੍ਹਾ ਜਿਹਾ ਅਰੂਜ਼ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਕੀ ਹੈ ਪਿੰਗਲ ਔਰ ਅਰੂਜ਼ ਦੋ ਨਾਮ ਆਉਂਦੇ ਨੇ ਜਦੋਂ ਅਸੀਂ ਸ਼ਾਇਰੀ ਦੀ ਗੱਲ ਕਰਦੇ ਹਾਂ ਪਿੰਗਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਰੇ ਤਰੀਕੇ ਨੇ ਮਾਤਰਾ ਛੰਦ ਨੇ ਜਾਂ ਅੱਖਰਾਂ ਨੂੰ ਗਿਣਨ ਵਾਲੇ ਛੰਦ ਨੇ ਲੇਕਿਨ ਅਰੂਜ਼ ਦੇ ਵਿੱਚ ਸਿਸਟਮ ਥੋੜ੍ਹਾ ਜਿਹਾ ਹੋਰ ਹੈ ਰੁਕਣਾ ਦੇ ਹਿਸਾਬ ਨਾਲ ਉਹਦੇ ਪਾਬੰਦ ਹੋਣਾ ਪੈਂਦਾ ਦੇਖੋ ਜੀ ਜਿਹੜਾ ਪਿੰਗਲ ਹੈ ਉਹ ਸਾਡੀ ਗੁਰਮੁਖੀ ਭਾਸ਼ਾ ਦੇ ਨਾਲ ਜਿਹੜਾ ਹੈਗਾ ਉਹ ਜੁੜਿਆ ਹੋਇਆ ਵਿਧਾਨ ਵਾ ਜੀ ਤੇ ਜਿਹੜਾ ਅਰੂਜ਼ ਹੈ ਇਹ ਅਰਬੀ ਫਾਰਸੀ ਤੋਂ ਆਇਆ ਜੀ ਇਹ ਉੱਥੇ ਜਿਹੜਾ ਆਪਣਾ ਉਹਨਾਂ ਦਾ ਆਪਣਾ ਵਿਧਾਨ ਹੈ ਗਜ਼ਲ ਲਿਖਣ ਦਾ ਤੁਸੀਂ ਜਾਣਦੇ ਆ ਗਜ਼ਲ ਕਿੱਥੋਂ ਆਈ ਕਿੱਦਾਂ ਆਈ ਇਹਦਾ ਅਰਥ ਕੀ ਹੈ ਇਹ ਬਹੁਤ ਗੱਲਾਂ ਹੋ ਚੁੱਕੀਆਂ ਜਿੱਦਾਂ ਅਸੀਂ ਇੱਥੇ ਹੁਣ ਸੜਕਾਂ ਦੇ ਉੱਪਰ ਚੱਲਦੇ ਹੈਗੇ ਆ ਖੱਬੇ ਹੱਥ ਚੱਲਦੇ ਆ ਕਿੱਦਾਂ ਕਰੋਸਿੰਗ ਕਰਨੀ ਆ ਤੇ ਕਿੱਦਾਂ ਅੱਗੇ ਲਾਲ ਬੱਤੀਆਂ ਲੱਗੀਆਂ ਹੋਈਆਂ ਉੱਥੇ ਰੁਕਣਾ ਆ ਹਰੀ ਦੇ ਉੱਪਰ ਚੱਲਣਾ ਆ ਤੇ ਤੁਸੀਂ ਜਿਹੜਾ ਆਪਣਾ ਜਦੋਂ ਪੀੜੀ ਹੁੰਦੀ ਆ ਲਾਈਟ ਤੇ ਅਸੀਂ ਉਹਨੂੰ ਆਪਣਾ ਹਿਲਜੁਲ ਕਰ ਸਕਦੇ ਹਾਂ ਥੋੜੀ ਬਹੁਤੀ ਕਵਰ ਅਪ ਕਰ ਸਕਦੇ ਹਾਂ ਜੀ ਜੀ ਇਸੇ ਤਰ੍ਹਾਂ ਜਿਹੜਾ ਅਰੂਜ਼ ਹੈ ਉਹ ਗਜ਼ਲ ਦਾ ਵਿਧਾਨ ਵਾ ਨਜ਼ਮ ਹੈਗੇ ਆ ਵਿਆਕਰਨ ਵਾ ਤੇ ਜੇ ਅਸੀਂ ਉਹਨਾਂ ਨਜ਼ਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਗਜ਼ਲ ਜਿਹੜੀ ਕਵਿਤਾ ਹੈ ਕਵਿਤਾ ਦਾ ਨਾਂ ਦਾ ਵੀ ਇੱਕ ਵਿਧਾ ਹੈ ਸਿਰਫ ਕਵਿਤਾ ਹੀ ਹੈ ਗਜ਼ਲ ਵੀ ਤੇ ਉਹ ਗਜ਼ਲ ਗਜ਼ਲ ਨਹੀਂ ਰਹਿੰਦੀ ਹੈ ਉਹ ਕੁਛ ਉਹਦਾ ਹੋਰ ਸਰੂਪ ਬਣ ਜਾਏਗਾ ਜੀ ਇਸ ਲਈ ਜੇ ਅਸੀਂ ਗਜ਼ਲ ਦੀ ਸਿਰਜਣਾ ਕਰਨੀ ਚਾਹੁੰਦੇ ਹਾਂ ਗਜ਼ਲ ਦੀ ਰਚਨਾ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਜਿਹੜੇ ਗਜ਼ਲ ਦੇ ਨਿਯਮ ਹੈਗੇ ਆ ਜਿਹੜੇ ਨਿਰਧਾਰਿਤ ਕੀਤੇ ਗਏ ਆ ਉਹਨਾਂ ਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਜੋੜਦੇ ਹਾਂ ਕਈ ਲੋਕ ਇਹ ਕਹਿੰਦੇ ਆ ਜੀ ਇਹ ਤਾਂ ਜਿਹੜਾ ਗਜ਼ਲ ਬਾਹਰੋਂ ਆਈ ਆ
ਜਾਂ ਇਹ ਜਿਹੜਾ ਅਰੂਜ ਹੈ ਇਹਦਾ ਸੰਬੰਧ ਅਰਬੀ ਫਾਰਸੀ ਦੇ ਨਾਲ ਵਾ ਜੀ। ਦਰਅਸਲ ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ ਹੈਗਾ ਜੀ, ਕਿਉਂਕਿ ਕਿਸੇ ਵੇਲੇ ਜਿਹੜੀ ਫਾਰਸੀ ਹੈ ਉਹ ਸਾਡੀ ਰਾਜ ਭਾਸ਼ਾ ਰਹੀ ਆ ਪੁਰਾਣੇ ਇਤਿਹਾਸ ਵਿੱਚ ਜੀ, ਬੀਤੇ ਸਮੇਂ ਦੇ ਵਿੱਚ, ਤੇ ਉਹ ਅਸੀਂ ਫਾਰਸੀ ਸ਼ਬਦਾਂ ਦੀ ਸਾਡੇ ਪਰਿਵਾਰ ਆ ਪੰਜਾਬੀ ਦੇ ਵਿੱਚ ਜੀ, ਔਰ ਅਸੀਂ ਲਗਭਗ ਤੁਸੀਂ ਹੈਰਾਨ ਹੋਣਾ 70% ਜਿਹੜੇ ਸ਼ਬਦ ਅਸੀਂ ਅਰਬੀ ਫਾਰਸੀ ਦੇ ਬੋਲਦੇ ਹਾਂ, ਜਿਵੇਂ ਪਜਾਮਾ, ਸਲਵਾਰ, ਕਮੀਜ਼, ਖਜ਼ਾਨਾ, ਇਹ ਹੋਰ ਤੁਸੀਂ ਜਿੰਨੇ ਵੀ ਤੁਸੀਂ ਬਹੁਤੇ ਸ਼ਬਦ ਤੁਸੀਂ ਯੂਜ ਕਰਦੇ ਆ ਵਰਤੋਂ ਵਿੱਚ ਲਿਆਉਂਦੇ ਹੈਗੇ ਆ ਉਹ ਬਹੁਤੇ ਅਰਬੀ ਫਾਰਸੀ ਦੇ ਆ ਜੀ। ਇਸ ਲਈ ਅਰੂਜ ਨੂੰ ਜਾਂ ਗਜ਼ਲ ਨੂੰ ਬੇਗਾਨੀ ਕਹਿਣਾ ਜਾਂ ਕਿਸੇ ਹੋਰ ਭਾਸ਼ਾ ਤੋਂ ਆਈ ਕਹਿਣਾ ਉਚਿਤ ਨਹੀਂ ਹੈਗਾ ਜੀ ਜੀ। ਸੋ ਰੋਸ਼ਨ ਸਾਹਿਬ, ਤੁਸੀਂ ਗੱਲ ਕੀਤੀ ਸੀ 3 ਅੱਖਰੀ ਟੁਕੜੀਆਂ ਦੀ, ਇਹਦੇ ਬਾਰੇ ਕਾਫ਼ੀ ਚਰਚਾ ਚੱਲਦੀ ਰਹਿੰਦੀ ਅਕਸਰ ਜਦੋਂ ਅਸੀਂ ਕੁਛ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਵੀ, ਅੱਜ ਕੱਲ੍ਹ ਤਾਂ ਉਸਤਾਦਾਂ ਦੇ ਚਰਚਾ ਹੋ ਜਾਂਦੀ ਹੈ, ਥੋੜ੍ਹਾ ਜਿਹਾ ਸੌਖਾ ਨੁਕਤਾ ਕੋਈ ਸਮਝਾਓਗੇ ਕਿ ਕਿਵੇਂ ਬੰਨਿਆ ਜਾਣਾ ਚਾਹੀਦਾ? ਦੇਖੋ, ਇਸ ਤਰ੍ਹਾਂ ਕਿ ਇਹ ਜਿਹੜੇ ਸ਼ਬਦ 3 ਅੱਖਰਾਂ ਵਾਲੇ ਹੁੰਦੇ ਆ ਇਹ ਅਸੀਂ 2 ਤਰ੍ਹਾਂ ਬੰਨਦੇ ਹਾਂ, ਇੱਕ ਯਾਰ ਦੇ ਵਜਨ ਤੇ ਬੰਨਦੇ ਹਾਂ ਜੀ, ਇੱਕ ਅਸੀਂ ਖੁਦਾ ਦੇ ਵਜਨ ਤੇ ਬੰਨਦੇ ਹਾਂ। ਤੇ ਇਹ ਥੋੜਾ ਬਰੀਕ ਮੁੱਦਾ ਹੈ, ਆਮ ਜਿਹੜੇ ਨਵੇਂ ਲਿਖਣ ਵਾਲੇ ਆ ਸ਼ਾਇਦ ਉਹ ਕਈ ਵਾਰੀ, ਮੈਂ ਉਹਨਾਂ ਨੂੰ ਉਲਝਾਉਣਾ ਨਹੀਂ ਚਾਹੁੰਦਾ ਹੈਗਾ ਜੀ, ਕਿ ਜਿਹੜੇ ਬਹੁਤੇ ਅਰਬੀ ਫਾਰਸੀ ਦੇ ਸ਼ਬਦ ਹੈਗੇ ਉਹ ਮੁਫਾਦੇ ਜਾਂ ਖੁਦਾ ਦੇ ਵਜਨ ਤੇ ਆ ਜੀ। ਜਿਵੇਂ ਉਹ ਮੈਨੂੰ ਇਸ ਕਦਰ ਮਿਲਿਆ, ਜਿਹੜਾ ਇਹ ਕਦਰ ਵਾ ਇਹਦਾ ਵਜ਼ਨ ਹੈ ਖੁਦਾ ਦੇ ਵਜ਼ਨ ਤੇ ਜੀ, ਜਾਂ ਮੈਂ ਤੇਰੀ ਕਦਰ ਕਰਨਾ ਇਹ ਹੈਗਾ ਆਪਣਾ ਫੇਲ ਦੇ ਵਜ਼ਨ ਤੇ ਜੀ, ਯਾਦ ਦੇ ਵਜ਼ਨ ਤੇ। ਤੇ ਜੇ ਅਸੀਂ ਕਿਸੇ ਸ਼ਬਦ ਨੂੰ ਉਹਦੇ ਨਿਰਧਾਰਿਤ ਵਜ਼ਨ ਅਨੁਸਾਰ ਨਹੀਂ ਮੰਨਦੇ ਤਾਂ ਉਹਦਾ ਅਰਥ ਬਦਲ ਜਾਂਦਾ ਜੀ। ਜਿਵੇਂ ਨਜ਼ਰ ਹੈ, ਜੇ ਅਸੀਂ ਨਜ਼ਰ ਨੂੰ ਖੁਦਾ ਦੇ ਵਜਨ ਤੇ ਬੰਨਦੇ ਹਾਂ ਤਾਂ ਉਹਦਾ ਅਰਥ ਹੈ ਨਿਗਾਹ ਦੇ ਨਾਲ ਵਾ ਜੀ। ਜੇ ਅਸੀਂ ਨਜ਼ਰ ਨੂੰ ਯਾਦ ਦੇ ਵਜਨ ਤੇ ਬੰਨ ਦਿੰਦੇ ਤਾਂ ਉਹਦਾ ਮਤਲਬ ਹੈ ਕਿਸੇ ਨੂੰ ਨਜ਼ਰ ਕਰਨਾ ਜੀ, ਤੁਹਾਡੀ ਸ਼ੇਰ, ਤੁਹਾਡੀ ਨਜ਼ਰ ਇੱਕ ਸ਼ੇਰ ਵਾ ਜੀ। ਸੋ ਇਹ ਸ਼ਬਦਾਂ ਦੇ ਵਜ਼ਨ ਬਦਲਣ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਆ ਜੀ, ਤੇ ਇਹ ਬਹੁਤ ਬਰੀਕੀ ਵਾਲੀ ਗੱਲ ਆ। ਲੇਕਿਨ ਇਹਦੇ ਕੋਲੋਂ ਵੀ ਡਰਨ ਦੀ ਲੋੜ ਨਹੀਂ ਹੈ। ਤੁਸੀਂ ਗਲਤੀ ਕਰੋਗੇ ਇੱਕ ਵਾਰ, ਦੋ ਵਾਰ ਜਾਂ 4 ਵਾਰ ਕਰੋਗੇ, ਤੁਸੀਂ ਕਿਸੇ ਕੋਲੋਂ ਪੁੱਛੋਗੇ ਤਾਂ ਤੁਹਾਨੂੰ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਏਗਾ ਜਿਹੜਾ ਕਿਹੜਾ ਸ਼ਬਦ ਕਿਸ ਵਜ਼ਨ ਤੇ ਆ ਜੀ। ਦੂਜੀ ਗੱਲ ਇਹ ਆ ਕਿ ਕਈ ਲੋਕ ਇਹ ਕਹਿੰਦੇ ਆ ਜੀ ਵਜ਼ਨ ਲਿਖਣ ਲਈ ਉਸਤਾਦ ਦੀ ਕੀ ਲੋੜ ਵਾ। ਮੈਂ ਚਲੋ ਇਹ ਤਾਂ ਆਪੋ ਆਪਣੀ ਕਿਸੇ ਦੀ ਮਰਜ਼ੀ ਹੈ, ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਜੀ। ਲੇਕਿਨ ਕਈ ਗੱਲਾਂ ਗਜ਼ਲ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਸਿਰਫ ਉਸਤਾਦ ਹੀ ਸਮਝਾ ਸਕਦਾ, ਉਹ ਤੁਹਾਨੂੰ ਕਿਸੇ ਕਿਤਾਬ ਵਿੱਚ ਨਹੀਂ ਮਿਲਣੀਆਂ ਜੀ ਜੀ। ਸੋ ਮੈਂ ਸਮਝਦਾ ਕਿ ਇਹ ਕੋਈ ਮੰਨੇ ਚਾਹੇ ਨਾ ਮੰਨੇ, ਮੈਂ ਕਿਸੇ ਨੂੰ ਮਜਬੂਰ ਨਹੀਂ ਕਰਦਾ, ਲੇਕਿਨ ਕਿਸੇ ਪਰਪੱਕ ਗਜ਼ਲਕਾਰ ਦੀ ਜਿਹੜੀ ਅਗਵਾਈ ਹੈਗੀ ਆ ਉਹ ਨਵੇਂ ਗਜ਼ਲਕਾਰ ਨੂੰ ਬਹੁਤ ਜ਼ਰੂਰੀ ਹੈ ਜੀ। ਸੋ ਰੋਸ਼ਨ ਸਾਹਿਬ, ਗੱਲ ਦੀਪਕ ਸਕੂਲ ਦੀ ਕਰੀਏ, ਦੀਪਕ ਗਜ਼ਲ ਸਕੂਲ ਦੇ ਤੁਸੀਂ ਜਾਣਸ਼ੀਨ ਹੋ, ਲੇਕਿਨ ਪਿੱਛੇ ਜੇ ਕੁਛ ਹੋਰ ਨਾਮ ਵੀ ਸਾਹਮਣੇ ਆ ਗਏ ਸੀ ਅਚਾਨਕ ਕਿ ਨਹੀਂ ਫਲਾਣੀ ਫਲਾਂ ਜਿਹੜਾ ਸ਼ਾਇਰ ਆ ਉਹ ਹੈ, ਇਹ ਕਿਉਂ ਮੁਗਾਲਤ ਹੋਇਆ ਸੀ? ਮੈਂ ਤੁਹਾਡਾ ਸਵਾਲ ਸਮਝਿਆ ਨਹੀਂ। ਮਤਲਬ ਦੀਪਕ ਗਜ਼ਲ ਸਕੂਲ ਜਿਹੜਾ ਹੈ ਉਹਦੇ ਵਿੱਚ ਸ਼ੁਰੂ ਦੇ ਵਿੱਚ ਕੁਛ ਹੋਰ ਨਾਮ ਆ ਗਏ ਸੀ ਕਿ ਫਲਾਂ ਸ਼ਾਇਰ ਜੋ ਹੈ ਉਹ ਦੀਪਕ ਸਾਹਿਬ ਦਾ ਜਾਣਸ਼ੀਨ ਹੈ, ਫਿਰ ਕਾਫ਼ੀ ਪੁੰਛਣ ਤੋਂ ਬਾਅਦ ਇਹ ਹੋਇਆ ਕਿ ਨਹੀਂ ਗੁਰਦਿਆਰ ਰੋਸ਼ਨ ਸਾਹਿਬ ਜੀ ਜਾਣਸ਼ੀਨ ਨੇ। ਦੇਖੋ ਜੀ, ਇਸ ਤਰ੍ਹਾਂ ਕਿ ਕਿਸੇ ਵੀ ਪਰਿਵਾਰ ਦੇ ਵਿੱਚ ਜਿਹੜੇ ਸਾਰੇ ਜੀ ਹੈਗੇ ਆ ਜੀ, ਉਹਨਾਂ ਦੀ ਵਿਚਾਰਧਾਰਾ ਇੱਕੋ ਜਿਹੀ ਨਹੀਂ ਹੁੰਦੀ, ਉਹਨਾਂ ਦੀਆਂ ਆਦਤਾਂ, ਉਹਨਾਂ ਦਾ ਸੁਭਾਅ ਵੱਖਰਾ ਵੱਖਰਾ ਹੁੰਦਾ ਜੀ।
ਇਹ ਮੈਨੂੰ ਵੀ ਆਸ ਨਹੀਂ ਸੀ ਕਿ ਉਸਤਾਦ ਸਾਹਿਬ ਮੈਨੂੰ ਆਪਣਾ ਜਾਨਸ਼ੀਨ ਮੁਕਰਰ ਕਰਨਗੇ ਜੀ, ਨਾ ਮੈਂ ਕਦੇ ਇੱਛਾ ਰੱਖੀ ਸੀ, ਕਿਉਂਕਿ ਮੈਂ ਤਾਂ ਡਰਦਾ ਸੀਗਾ ਕਿ ਇਹ ਜਿਹੜਾ ਜਾਨਸ਼ੀਨੀ ਹੈ ਇੰਨੀ ਸੌਖੀ ਗੱਲ ਨਹੀਂ ਹੈ। ਬਿਲਕੁਲ, ਜਿੰਨਾ ਕੰਮ ਜਾਂ ਜਿੰਨਾ ਵਕਤ ਉਸਤਾਦ ਸਾਹਿਬ ਦਿੰਦੇ ਆ ਆਪਣੇ ਸ਼ਾਗਿਰਦਾਂ ਨੂੰ ਦਿੰਦੇ ਸੀ ਜੀ, ਉਨਾ ਵਕਤ ਮੈਂ ਨਹੀਂ ਦੇ ਸਕਦਾ। ਤੇ ਮੈਂ ਤਾਂ ਇਸ ਗੱਲ ਦੀ ਘਬਰਾਹਟ ਸੀ ਜੀ, ਔਰ ਮੈਨੂੰ ਆਸ ਵੀ ਨਹੀਂ ਸੀ ਕਿ ਮੈਂ ਸੋਚਿਆ ਵੀ ਨਹੀਂ ਸੀ ਕਿ ਉਹ ਮੈਨੂੰ ਜਾਨਸ਼ੀਨ ਮੁਕਰਰ ਕਰਨਗੇ। ਤੇ ਇਹ ਫਿਰ ਉਹਨਾਂ ਦੀ ਕਿਤਾਬ ਜਿਹੜੀ ਅਸੀਂ ਛਾਪੀ ਸੀ ਦੀਪਕ ਦੀ ਲੋ, ਪਹਿਲਾਂ ਉਹਨਾਂ ਦਾ ਗਜ਼ਲ ਸੰਗ੍ਰਹਿ ਅਸੀਂ ਛਾਪਿਆ ਸੀ ਔਰ ਦੀ ਸਭਾ ਵੱਲੋਂ ਜੀ, ਤੇ ਉਸ ਕਿਤਾਬ ਦੀ ਰਿਲੀਜ਼ ਸਮਾਗਮ ਦੇ ਉੱਪਰ ਦੀਪਕ ਸਾਹਿਬ ਨੇ ਮੈਨੂੰ ਬਾਅਦ ਚ ਲੱਗਾ ਪਤਾ ਕਿ ਉਹਨਾਂ ਨੇ ਆਪਣਾ ਕਈ ਜਿਹੜੇ ਅਦੀਬਾਂ ਨਾਲ ਸਲਾਹ ਕੀਤੀ, ਉਹਦੇ ਉੱਪਰ ਬਾਜਵਾ ਸਾਹਿਬ ਵੀ ਉੱਥੇ ਸੀ ਜੀ, ਤੇ ਆਪਣੇ ਤੇਜਮੰਦ ਮਾਨ ਹੋਣੀ ਸੀ, ਸੰਧੂ ਗਿਆਨ ਵੀ ਸੀ, ਹੋਰ ਕਈ ਕਾਫੀ ਲੋਕ ਸੀ ਜੀ। ਉਹਨਾਂ ਨਾਲ ਮਸ਼ਵਰਾ ਕੀਤਾ ਕਿ ਜੀ ਮੈਂ ਜਿਹੜੀ ਇਹ ਦੀਪਕ ਗਜ਼ਲ ਸਕੂਲ ਹੈ ਇਹਦੀ ਜਿਹੜੀ ਲੋ ਹੈ ਜੀ ਉਹ ਸ਼ਰਧਾ ਰਾਮ ਫਲੋਰੀ ਉਹਨਾਂ ਤੋਂ ਚੱਲੀ ਸੀ, ਉਹ ਦੁਆਬੇ ਨੂੰ ਬਿਲੋਂਗ ਕਰਦੇ ਸੀ, ਫਲੋਰ ਦੇ ਸੀਗੇ ਜੀ, ਤੇ ਮੈਂ ਵੀ ਦੁਆਬੇ ਨੂੰ ਬਿਲੋਂਗ ਕਰਦਾ, ਤੇ ਜਿਹੜੀ ਇਹ ਲੋ ਹੈ ਮੈਂ ਇਹ ਦੁਆਬੇ ਨੂੰ ਹੀ ਸੌਂਪਣੀ ਚਾਹੁੰਦਾ, ਮੈਂ ਗੁਰਦਿਆਲ ਰਸ਼ ਨੂੰ ਆਪਣਾ ਜਿਹੜਾ ਸ਼ਗਿਰ ਆਪਣਾ ਜਾਨਸ਼ੀਨ ਹੈ ਮੁਕਰਰ ਕਰਨਾ ਚਾਹੁੰਦਾ। ਤੇ ਉਹਨਾਂ ਨੇ ਮਸ਼ਵਰਾ ਕੀਤਾ, ਉਹਨਾਂ ਨੇ ਫਿਰ ਜਦੋਂ ਸਟੇਜ ਤੇ ਐਲਾਨ ਕੀਤਾ ਜੀ ਤਾਂ ਮੈਂ ਬਹੁਤ ਹੈਰਾਨ ਵੀ ਹੋਇਆ ਤੇ ਪਰੇਸ਼ਾਨ ਵੀ ਹੋਇਆ ਕਿ ਬਹੁਤ ਵੱਡੀ ਜ਼ਿੰਮੇਵਾਰੀ ਆ, ਲੇਕਿਨ ਇਹ ਦੀ ਗੱਲ ਮੈਂ ਛੁਪਾਉਣੀ ਨਹੀਂ ਚਾਹੁੰਦਾ ਕਿ ਮੇਰੇ ਇੱਕ ਗੁਰਭਾਈ ਸੀ ਡੀ ਆਰ ਧਰਮ ਸਾਹਿਬ, ਉਹ ਸਮਾਗਮ ਦੇ ਵਿੱਚ ਥੋੜਾ ਪਛੜ ਕੇ ਪਹੁੰਚੇ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰਦਿਆਲ ਰੋਸ਼ਨ ਨੂੰ ਜਾਨਸ਼ੀਨ ਕਰਕੇ ਕੀਤਾ ਗਿਆ ਤਾਂ ਉਹਨਾਂ ਨੂੰ ਬਹੁਤੀ ਗੱਲ ਸ਼ਾਇਦ ਚੰਗੀ ਨਾ ਲੱਗੀ ਹੋਵੇ। ਫਿਰ ਉਹਨਾਂ ਨੇ ਦੀਪਕ ਸਾਹਿਬ ਤੱਕ ਪਹੁੰਚ ਕੀਤੀ, ਉੱਥੇ ਗਏ, ਜੈਤੋ ਮੰਡੀ ਗਏ ਕਿ ਤੁਸੀਂ ਮੈਨੂੰ ਕਿਹਾ ਸੀ ਕਿ ਜਾਨਸ਼ੀਨ ਬਣਾਉਣਾ ਜਾਂ ਕਿੱਦਾਂ, ਕੋਈ ਗੱਲ ਹੋਈ ਹੋਏਗੀ, ਮੈਨੂੰ ਇਹਦੇ ਬਾਰੇ ਕੋਈ ਖਬਰ ਨਹੀਂ ਹੈ ਜੀ। ਤੇ ਉਹ ਫਿਰ ਉਸਤਾਦ ਸਾਹਿਬ ਨੇ ਮੇਰੇ ਨਾਲ ਵੀ ਗੱਲ ਕੀਤੀ, ਕੁਛ ਹੋਰ ਵੀ ਮੇਰੇ ਗੁਰਭਾਈ ਸੀ ਸ਼ਾਇਦ ਉਹ ਇੱਛਾ ਰੱਖਦੇ ਹੋਣ ਕਿ ਸਾਨੂੰ ਬਣਾਇਆ ਜਾਏ, ਲੇਕਿਨ ਇਹ ਗੱਲ ਤਾਂ ਬਿਲਕੁਲ ਕੋਰੀ ਔਰ ਸਾਫ਼ ਆ ਕਿ ਉਸਤਾਦ ਸਾਹਿਬ ਨੇ ਸਟੇਜ ਤੋਂ ਐਲਾਨ ਕੀਤਾ ਸੀ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਤੇ ਮੈਂ ਤਾਂ ਉਸ ਵੇਲੇ ਵੀ ਬੇਨਤੀ ਕੀਤੀ ਸੀ ਉਸਤਾਦ ਸਾਹਿਬ ਨੂੰ ਕਿ ਉਸਤਾਦ ਸਾਹਿਬ ਇਹ ਜ਼ਿੰਮੇਵਾਰੀ ਬਹੁਤ ਵੱਡੀ ਹੈ, ਮੈਂ ਬਹੁਤ ਛੋਟਾ ਹਾਂ, ਤੇ ਤੁਸੀਂ ਜਿਹੜੀ ਜ਼ਿੰਮੇਵਾਰੀ ਹੈਗੀ ਕਿਸੇ ਹੋਰ ਨੂੰ ਦੇ ਦਿਓ ਜੀ। ਉਹਨਾਂ ਨੂੰ ਕਿਹਾ ਵੀ ਇਹ ਨਹੀਂ, ਮੈਂ ਆਰਾਮ ਕਰ ਚੁੱਕਾ ਤੇ ਇਹ ਨਹੀਂ ਬਦਲਿਆ ਜਾ ਸਕਦਾ। ਉਹਨਾਂ ਨੇ ਕਈਆਂ ਕਿਤਾਬਾਂ ਦੇ ਆਰਟੀਕਲਾਂ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਜੀ ਮੇਰੇ ਨਾਂ ਦਾ, ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਕੋਲ ਪ੍ਰਮਾਣ ਲਵਾਂ ਜਾਂ ਮੇਰਾ ਕੋਈ ਹੋਰ ਕੋਈ ਵੀ ਸ਼ਖਸ ਜਿਹੜਾ ਹੈ ਇਸ ਗੱਲ ਤੇ ਨੁਕਤਾਚੀਨੀ ਕਰੇ ਜੀ, ਇਹ ਤਾਂ ਫਿਰ ਉਸਤਾਦ ਸਾਹਿਬ ਦੀ ਖੇਤੀ ਕਰਨ ਵਾਲੀ ਗੱਲ। ਬਿਲਕੁਲ ਜੀ ਬਿਲਕੁਲ। ਇੱਕ ਮੈਸੇਜ ਤੁਹਾਡੇ ਲਈ ਆਇਆ ਜੀ ਬਠਿੰਡਾ ਤੋਂ ਸੁਖਵਿੰਦਰ ਸਿੰਘ ਸੁੱਖਾ ਲਿਖਦੇ ਨੇ ਕਿ ਸਤਿ ਸ਼੍ਰੀ ਅਕਾਲ ਹਰਮੇਲ ਜੀ ਤੁਹਾਨੂੰ ਤੇ ਅੱਜ ਦੇ ਮਹਿਮਾਨ ਜਨਾਬ ਗੁਰਦਿਆਲ ਰੋਸ਼ਨ ਜੀ ਨੂੰ। ਸਤਿ ਸ਼੍ਰੀ ਅਕਾਲ ਜੀ। ਰੋਸ਼ਨ ਜੀ ਨੂੰ ਕਹਿੰਦੇ ਬਹੁਤ ਲੰਬੇ ਸਮੇਂ ਤੋਂ ਅਖਬਾਰਾਂ ਅਤੇ ਰਸਾਲਿਆਂ 'ਚ ਪੜ੍ਹਦੇ ਆ ਰਹੇ ਹਾਂ, ਇਹਨਾਂ ਦੀਆਂ ਰਚਨਾਵਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਅਤੇ ਅੱਜ ਵੀ ਗੱਲਬਾਤ ਵਿੱਚੋਂ ਸਾਨੂੰ ਹੋਰ ਬਹੁਤ ਕੁਝ ਜਾਣਕਾਰੀ ਮਿਲੀ ਹੈ ਜੀ ਕਹਿੰਦੇ। ਜੀ ਸੋ ਰੋਸ਼ਨ ਸਾਹਿਬ ਸਮਾਂ ਆਪਣੇ ਕੋਲ ਥੋੜ੍ਹਾ ਜਿਹਾ ਰਹਿ ਗਿਆ ਅਤੇ ਅਗਲਾ ਸਵਾਲ ਇਹ ਹੈ ਕਿ ਥੋੜਾ ਜਿਹਾ ਇਨਾਮਾਂ ਸਨਮਾਨਾਂ ਦੀ ਪੋਲਿਟਿਕਸ ਦੇ ਉੱਤੇ ਵੀ ਗੱਲ ਕਰ ਦਿਓ। ਦੇਖੋ ਜੀ, ਕਿਸੇ ਵੇਲੇ ਹੋ ਸਕਦਾ ਪਿਛਲੇ ਸਮੇਂ ਵਿੱਚ ਮੇਰੇ ਮਨ ਵਿੱਚ ਕਿਤੇ ਇਨਾਮਾਂ ਸਨਮਾਨਾਂ ਪ੍ਰਤੀ ਖਿੱਚ ਹੋਵੇ ਜੀ ਜੀ, ਲੇਕਿਨ ਉਸਤਾਦ ਸਾਹਿਬ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਉਹ ਸਿਰਫ ਮੈਨੂੰ ਉਹਨਾਂ ਨੇ ਗਜ਼ਲ ਲਿਖਣੀ ਨਹੀਂ ਸਿਖਾਈ ਹੈ, ਉਹਨਾਂ ਨੇ ਜ਼ਿੰਦਗੀ ਦੇ ਜਿਹੜੇ ਤੌਰ ਤਰੀਕੇ ਹੈਗੇ ਮੈਨੂੰ ਵੀ ਸਿਖਾਏ ਜੀ, ਤੇ ਜਿਹੜੇ ਮਾਣ ਸਨਮਾਨ ਹੈ ਇਹ ਸਾਡੀ ਮੰਜ਼ਿਲ ਨਹੀਂ ਹੈਗੇ ਨਾ ਇਹਨਾਂ ਨੂੰ ਅਸੀਂ, ਇਹ ਜਿਹੜੀ ਇਹ ਗੱਲ ਉਸਤਾਦ ਸਾਹਿਬ ਵਿੱਚ ਵੀ ਸੀ ਤੇ ਇਹ ਗੱਲ ਉਹਨਾਂ ਤੋਂ
ਟ੍ਰਾਂਸਫਰ ਹੋ ਕੇ ਮੇਰੇ ਵਿੱਚ ਵੀ ਆਈ ਜੀ ਜੀ। ਮੈਂ ਕਿਸੇ ਵੀ ਜਿਹੜਾ ਕੋਈ ਇਨਾਮ ਇਨਾਮ ਹੈ ਜਾਂ ਸਨਮਾਨ ਹੈ ਮੈਂ ਉਹਨੂੰ ਤਰਜੀਹ ਨਹੀਂ ਦਿੰਦਾ। ਮੈਨੂੰ ਪਿੱਛੇ ਜਿਹਾ ਇੱਕ ਕਿਸੇ ਬਾਹਰੋਂ ਸੰਸਥਾ ਨੇ ਮੈਨੂੰ ਸਨਮਾਨ ਦੇਣਾ ਸੀ 11,000 ਰੁਪਏ ਦਾ ਜੀ। ਉਹ ਪਤਾ ਨੀ ਮੇਰੇ ਮਨ ਚ ਕੀ ਆਇਆ ਕਿ ਮੈਂ ਨੀ ਲੈਣਾ ਇਹ, ਵਰਨਾ ਅੱਜ ਦੇ ਸਮੇਂ ਵਿੱਚ ਲੋਕ ਇਨਾਮਾਂ ਦੇ ਪਿੱਛੇ ਪਿੱਛੇ ਫਿਰਦੇ ਆ ਜੀ। ਤੇ ਉਹ ਕਹਿੰਦੇ ਕਿਉਂ ਨੀ ਲੈਣਾ, ਮੈਂ ਮੈਨੂੰ ਇੱਦਾਂ ਲੱਗਦਾ ਕਿ ਜਿਹੜਾ ਤੁਸੀਂ ਮੈਨੂੰ ਸਨਮਾਨ ਦੇ ਰਹੇ ਮੇਰੀ ਸ਼ਾਇਰੀ ਨੂੰ ਨੀ, ਮੇਰੇ ਨਾਂ ਨੂੰ ਦੇ ਰਹੇ ਜੀ। ਮੈਂ ਕਦੀ ਸਨਮਾਨਾਂ ਪਿੱਛੇ ਨੀ ਭੱਜਦਾ, ਨਾ ਭੱਜਣਾ ਚਾਹੀਦਾ, ਸਾਡੀ ਇਹ ਮੰਜ਼ਿਲ ਨਹੀਂ ਹੈ। ਤੇ ਜਿਹੜੇ ਤੁਸੀਂ ਜਿਹੜੇ ਅੱਜ ਕੱਲ ਸਨਮਾਨ ਹੋ ਰਹੇ ਆ ਉਹਦੇ ਬਾਰੇ ਤੁਸੀਂ ਵੀ ਜਾਣਦੇ, ਦੁਨੀਆਂ ਵੀ ਜਾਣਦੀ ਆ ਕਿੱਦਾਂ ਮਿਲਦੇ ਆ, ਪਹੁੰਚ ਨਾਲ ਮਿਲਦੇ ਆ ਉਹ ਜੀ। ਤੇ ਜਿਹੜੀਆਂ ਸਰਕਾਰੀ ਤੌਰ ਤੇ ਸਨਮਾਨ ਮਿਲਦੇ ਉਹਨਾਂ ਦਾ ਤਾਂ ਹੋਰ ਵੀ ਭੱਠਾ ਬੈਠਾ ਹੋਇਆ, ਤੇ ਉਹਨਾਂ ਦੀ ਤਾਂ ਜਿਹੜੀ ਕੋਈ ਸਾਰਥਕਤਾ ਹੈ ਉਹ ਮੈਂ ਸਮਝਦਾ ਰਹੀ ਨੀ ਹੈਗੀ ਜੀ। ਤੇ ਉਹ ਥੱਲੇ ਕਮੇਟੀ ਕੁਛ ਹੋਰ ਪਾਸ ਕਰਦੀ ਹੈਗੀ ਆ, ਜਿਹੜੀ ਸਲਾਹਕਾਰ ਕਮੇਟੀ ਹੁੰਦੀ ਆ, ਤੇ ਉੱਪਰ ਜਾ ਕੇ ਮੰਤਰੀ ਲੈਵਲ ਤੇ ਜਿਹੜੇ ਹੈਗੇ ਉਹ ਸਨਮਾਨ ਕਿਸੇ ਹੋਰ ਦੇ ਨਾਂ ਹੋ ਜਾਂਦੇ। ਬਿਲਕੁਲ ਬਿਲਕੁਲ। ਸੋ ਅੱਜ ਕੱਲ ਦੇ ਜਿਹੜੇ ਸਨਮਾਨ ਹੈਗੇ ਮੈਂ ਨੀ ਕਹਿੰਦਾ ਕਿ ਇਹ ਕੋਈ ਕਿਸੇ ਅਦੀਬ ਦੀ ਸਹੀ ਪਹਿਚਾਣ ਕਰਕੇ ਦਿੱਤੇ ਜਾਂਦੇ ਹੈਗੇ ਆ ਜੀ। ਤੇ ਜਿਹੜੀਆਂ ਸਭਾਵਾਂ ਵੀ ਸਨਮਾਨ ਦਿੰਦੀਆਂ ਹੈਗੀਆਂ ਸਾਰੀਆਂ ਨੀ ਹੈਗੀਆਂ, ਕਿਤੇ ਕਿਤੇ ਅੱਛਾ ਅੱਛੇ ਵੀ ਅੱਛੀ ਵੀ ਚੋਣ ਹੁੰਦੀ ਹੈਗੀ ਆ ਜੀ। ਤੇ ਜਿਹੜੀਆਂ ਜਿਹੜੇ ਬਹੁਤੇ ਸਨਮਾਨ ਹੈਗੇ ਆ ਉਹ ਬਸ ਆਪਣੀ ਇਹ ਆ ਕਿ ਤੂੰ ਮੈਨੂੰ ਸਨਮਾਨ ਮੇਰਾ ਸਨਮਾਨ ਕਰ ਦੇ ਮੈਂ ਤੇਰਾ ਸਨਮਾਨ ਕਰ ਦਿੰਦਾ ਜੀ, ਇਸ ਤਰ੍ਹਾਂ ਹੁੰਦੇ ਜੀ। ਸਰ ਰੋਸ਼ਨ ਸਾਹਿਬ, ਇਸ ਵੇਲੇ ਦੀਪਕ ਸਕੂਲ ਦੇ ਨਾਲ ਕਿੰਨੇ ਕੁ ਜਿਹੜੇ ਨਵੇਂ ਸ਼ਾਗਿਰਦ ਨੇ ਜੁੜੇ ਹੋਏ ਨੇ? ਦੇਖੋ ਜੀ, ਦੀਪਕ ਸਕੂਲ ਤਾਂ ਬਹੁਤ ਵੱਡਾ ਸਕੂਲ ਆ, ਇਹਦੇ ਵਿੱਚ ਕਿਉਂਕਿ ਉਸ ਵੇਲੇ ਤਾਂ ਖੁਦ ਦਾਵਾ ਕਰਦੇ ਸੀ ਨਾ ਕਿ ਜਨਾਬੇ ਦਾਗ ਤੋਂ ਵੱਡਾ ਦੀਪਕ ਸਕੂਲ ਹੈ। ਹਾਂ ਹਾਂ ਜੀ ਹਾਂ ਜੀ। ਹੁਣ ਤੁਸੀਂ ਦੇਖੋ ਵੀ ਆਪਣਾ ਜਿਹੜਾ ਹਰ ਤੀਸਰਾ ਗਜ਼ਲਕਾਰ ਹੈਗਾ ਉਹ ਦੀਪਕ ਜਦੋਈ ਸਾਹਿਬ ਦੇ ਸਕੂਲ ਨਾਲ ਜੁੜਿਆ ਹੋਇਆ ਜੀ। ਤੇ ਆਪਣਾ ਸੱਦੀ ਸਾਹਿਬ, ਅਮਰਜੀਤ ਸੰਧੂ ਹੁਣੀ, ਤੇ ਹੋਰ ਮੇਰੇ ਕਈ ਗੁਰ ਭਾਈ ਹੈਗੇ ਜਿਨ੍ਹਾਂ ਨੇ ਆਪਣੇ ਆਪਾਂ ਆਪਣੇ ਸ਼ਾਗਿਰਦ ਆ ਜੀ, ਤੇ ਕਿਤੇ ਨਾ ਕਿਤੇ ਉਹ ਦੀਪਕ ਗਜ਼ਲ ਸਕੂਲ ਨਾਲ ਜੁੜੇ ਹੋਏ ਆ ਜੀ ਜੀ। ਸੋ ਇਹ ਮੈਂ ਤਾਂ ਕਹਿੰਦਾ ਅਣਗਿਣਤ ਗਜ਼ਲਕਾਰ ਹੈਗੇ, ਉਹਨਾਂ ਦੀ ਗਿਣਤੀ ਹੋ ਹੀ ਨਹੀਂ ਸਕਦੀ। ਅੱਛਾ, ਤੁਹਾਡੇ ਕੋਲ ਤੁਹਾਡੇ ਆਪਣੇ ਜਿਹੜੇ ਨਵੇਂ ਸ਼ਾਗਿਰਦ ਨੇ ਉਹਨਾਂ ਬਾਰੇ ਦੱਸੋ ਕਿ ਇੱਕ ਤਾਂ ਇਹ ਕਿ ਤੁਹਾਡੇ ਜਿਹੜੇ ਕਿਹੜੇ ਕਿਹੜੇ ਸ਼ਾਗਿਰਦ ਨੇ ਉਹਨਾਂ 'ਚ ਖਾਸ ਨਾਮ, ਅਤੇ ਦੂਸਰਾ ਜੋ ਅੱਜ ਪੰਜਾਬੀ ਦੀ ਗਜ਼ਲ ਲਿਖੀ ਜਾ ਰਹੀ ਉਹਦੇ ਵਿੱਚ ਕਿਹੜੇ ਨਾਮ ਨੇ ਜਿਨ੍ਹਾਂ ਤੋਂ ਉਮੀਦ ਰੱਖੀ ਜਾ ਸਕਦੀ ਹੈ ਵਧੀਆ ਕੰਮ ਦੀ? ਦੇਖੋ ਜੀ, ਜਿਹੜੇ ਮੇਰੇ ਸ਼ਾਗਿਰਦ ਹੈਗੇ ਉਹਨਾਂ ਦੀ ਗਿਣਤੀ ਲਗਭਗ 100 ਦੇ ਕਰੀਬ ਆ ਜੀ। ਮੈਨੂੰ ਭੁੱਲ ਜਾਂਦੇ ਆ ਨਾ, ਜਿਹਨਾਂ ਵਿੱਚ ਹਰਜਿੰਦਰ ਕੰਗ ਅਮਰੀਕਾ ਤੋਂ ਜੀ, ਤੇ ਇੱਧਰ ਆਪਣੇ ਜਸਵੰਤ ਬਾਗਲਾ ਸਾਹਿਬ ਹੈਗੇ ਆ, ਸੰਤੋਖ ਭੁੱਲਰ ਵਾ, ਤੇ ਭੁਪਿੰਦਰ ਸੱਗੂ ਹੋਣੀ ਹੈਗੇ ਆ ਜੀ, ਤੇ ਇੱਧਰ ਜਮਾਲ ਜਲੰਧਰ ਹੀ ਹੋਣੀ ਆ, ਹੋਰ ਬਹੁਤ ਨਾਂ ਆ ਕਈ, ਸਤਪਾਲ ਸਾਹ ਨੂੰ ਹੋਣੀ, ਅਨੇਕਾਂ ਨਾਂ ਆ। ਮੈਂ ਜੇ ਕਿਸੇ ਦਾ ਨਾਂ ਨਾ ਲਿਆ ਤਾਂ ਉਹ ਨਾਰਾਜ਼ ਵੀ ਹੋ ਸਕਦਾ, ਨਾਰਾਜ਼ ਭਾਵੇਂ ਨਾ ਹੋਵੇ, ਲੇਕਿਨ ਠੇਸ ਜੀ ਲੱਗੂਗੀ ਨਾ ਕਿ ਉਸਤਾਦ ਜੀ ਨੇ ਮੇਰਾ ਨਾਮ ਲਿਆ, ਕਿਉਂਕਿ ਨਹੀਂ ਸਾਰੇ ਮੈਨੂੰ ਚੇਤੇ ਆ, ਮੈਂ ਸਾਰਿਆਂ ਦਾ ਸਤਿਕਾਰ ਕਰਦਾ, ਮੇਰੇ ਸਾਰੇ ਅਜੀਜ਼ ਆ, ਕੋਈ ਮੈਨੂੰ ਛੋਟਾ ਵੱਡਾ ਨਹੀਂ ਹੈ, ਕਿਉਂਕਿ ਸਾਰਿਆਂ ਦੇ ਨਾਂ ਲੈਣੇ ਸੰਭਵ ਨਹੀਂ ਹੁੰਦੇ ਜੀ ਜੀ। ਤੇ ਇਸੇ ਤਰ੍ਹਾਂ ਤੁਸੀਂ ਦੱਸਿਆ, ਕਿਹਾ ਵੀ ਆਪਣੇ ਪੁੱਛਿਆ ਕਿ ਪੰਜਾਬੀ ਗਜ਼ਲ ਵਿੱਚ ਇਸ ਵੇਲੇ ਕਿਹੜੇ ਕਿਹੜੇ ਜਿਹੜੇ ਨਾਂ ਹੈਗੇ ਉਹ ਜ਼ਿਆਦਾ ਜੀ ਪੰਜਾਬੀ ਗਜ਼ਲ ਦੇ ਕੰਮ ਕਰਦੇ ਆ। ਮੈਂ ਇੱਥੇ ਵੀ ਹਪ੍ਰੀਤ ਜੀ, ਮੈਂ ਬਖੇੜਾ ਜੀ, ਜੇ ਕਿਤੇ ਕਿਉਂਕਿ ਨਾਂ ਕੀਤੇ ਨੀ ਜਾਂਦੇ, ਹੁਣ ਉਮਰ ਦਾ ਤਕਾਜ਼ਾ ਵੀ ਹੈਗਾ ਜੀ, ਤੇ ਉਹ ਯਾਦ ਸ਼ਕਤੀ ਹੈ ਨੀ, ਕਈਆਂ ਦੇ ਨਾਮ ਮੈਨੂੰ ਭੁੱਲ ਜਾਣੇ ਆ, ਜੇ ਕਿਸੇ ਦਾ ਨਾਂ ਲੈ ਲਿਆ ਜੀ ਉਹ ਹੋ ਸਕਦਾ ਖੁਸ਼ ਹੋਵੇ, ਜੇ ਕਿਸੇ ਦਾ ਰਹਿ ਗਿਆ ਤਾਂ ਉਹ ਨਾਰਾਜ਼ ਹੋ ਜਾਊਗਾ ਜੀ। ਚਲੋ ਐ, ਮਤਲਬ ਮੈਂ ਸਵਾਲ ਇੱਦਾਂ ਪੁੱਛ ਲਵਾਂ ਕਿ ਰੋਸ਼ਨ ਸਾਹਿਬ, ਤੁਸੀਂ ਇਸ ਗੱਲ ਤੋਂ ਮੁਤਮੈਨ ਹੋ, ਮਤਲਬ ਖੁਸ਼ ਹੋ ਕੇ ਅਗਲੀ ਪੀੜ੍ਹੀ ਇਸ ਗਜ਼ਲ ਦੀ ਵਿਰਾਸਤ ਨੂੰ ਹੋਰ ਅੱਗੇ ਲਿਜਾਏਗੀ, ਹੈਗੇ ਨੇ ਲੋਕ ਵਿੱਚ ਮੌਜੂਦ? ਮੈਂ ਬੜਾ ਸੰਤੁਸ਼ਟ ਹਾਂ ਜੀ,
ਜਿਹੜੇ ਸਾਡੇ ਨਵੇਂ ਮੁੰਡੇ ਕੁੜੀਆਂ ਹੈਗੇ ਬਹੁਤ ਅੱਛਾ ਦਿਖ ਰਹੇ ਆ, ਲੇਕਿਨ ਇੱਕ ਮੇਰੀ ਜ਼ਰੂਰ ਬੇਨਤੀ ਆ ਕਿ ਥੋੜਾ ਜਿਹੜੀ ਹੈਗੇ ਉਹਨਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ ਜੀ। ਹਾਂਜੀ, ਸੋ ਰੋਸ਼ਨ ਸਾਹਿਬ ਤੁਹਾਡਾ ਅੱਜ ਕੱਲ੍ਹ ਦਿਨ ਚਰਿਆ ਕੀ ਹੁੰਦਾ, ਮਤਲਬ ਕਿਵੇਂ ਚੱਲਦਾ ਫਿਰ ਸਾਰਾ ਕੁਛ? ਬਸ ਜੀ, ਮੈਂ ਦੀਪਕ ਸਾਹਿਬ ਹੁਣੇ 2 ਵਜੇ ਉੱਠਦੇ ਸੀ ਤੇ ਮੈਂ 3 ਵਜੇ ਉੱਠਦਾ। ਅੱਛਾ, ਤੇ 3 ਤੋਂ 6 ਤੱਕ ਮੈਂ ਆਪਣਾ ਕੰਮ ਕਰਨਾ ਹੁੰਦਾ ਜੀ, ਤੇ 6 ਵਜੇ ਤੋਂ ਬਾਅਦ ਫਿਰ ਮੇਰੇ ਜਿਹੜੇ ਸ਼ਗਿਰਦ ਹੈਗੇ ਆ ਇੱਧਰਲੇ ਤੇ ਬਾਹਰਲੇ, ਉਹਨਾਂ ਨੇ ਟਾਈਮ ਮੁਕਰਰ ਕੀਤਾ ਹੁੰਦਾ ਕਿ 9 ਵਜੇ ਮੈਂ ਫੋਨ ਕਰਨਾ, 9 ਵਜੇ ਮੈਂ ਕਰਨਾ ਜੀ। ਤੇ ਜਿਹੜੀ ਸਲਾਹ ਹੈਗੀ ਆ ਉਹ ਫਿਰ ਹੁਣ ਤੌਰ ਤਰੀਕੇ ਬਦਲ ਗਿਆ ਆ, ਮੈਂ ਫੋਨ ਤੇ ਸਲਾਹ ਕਰਨਾ ਕਰਨਾ ਮੌਕੇ ਤੇ, ਤੇ ਹੈ ਤਾਂ ਔਖਾ ਕੰਮ ਕਿਉਂਕਿ ਕਈ ਵਾਰੀ ਮੌਕੇ ਤੇ ਗੱਲ ਇੰਨੀ ਫੁਰਦੀ ਨੀ, ਬਿਲਕੁਲ ਬਿਲਕੁਲ, ਕਈ ਵਾਰ ਸਾਡੇ ਕੋਲ ਅੱਛੀ ਰਾਏ ਵੀ ਨੀ ਦੇ ਹੁੰਦੀ, ਲੇਕਿਨ ਹੁਣ ਮੇਰਾ ਕਾਫੀ ਅਭਿਆਸ ਹੋ ਗਿਆ ਜੀ ਫੋਨ ਦੇ ਉੱਪਰ ਸਲਾਹ ਕਰਨ ਦਾ, ਮੈਂ ਵੀ ਟ੍ਰੇਨ ਹੋ ਗਿਆ ਜੀ, ਤੇ ਹੁਣ ਮੈਂ ਫੋਨ ਦੇ ਉੱਪਰ ਸਲਾਹ ਕਰਦਾ। ਬਾਕੀ ਸਾਰਾ ਦਿਨ ਮੈਂ ਜਿਹੜੀਆਂ ਮੇਰੀਆਂ ਕਿਤਾਬਾਂ ਹੁੰਦੀਆਂ ਹੈਗੀਆਂ ਇਹਨਾਂ ਨੂੰ ਕੰਪੋਜ਼ ਕਰਦਾ ਜੀ, ਤੇ ਕੁਛ ਮੈਂ ਫੀਚਰ ਸ਼ੁਰੂ ਕੀਤੇ ਹੋਏ ਆ ਸੋਸ਼ਲ ਮੀਡੀਆ ਤੇ, ਸ਼ੇਅਰ ਅਰਜ਼ ਹੈ ਉਹਨਾਂ ਨੂੰ ਬਣਾਉਂਦਾ ਰਹਿੰਦਾ। ਅੱਛਾ, ਸਾਰਾ ਕੁਛ ਮਤਲਬ ਰੂਪ ਰੇਖਾ ਸਵਾਰਨਾ ਸੰਵਰਨਾ ਖੁਦ ਕਰਦੇ ਹੋ? ਹਾਂਜੀ ਹਾਂਜੀ, ਮੈਂ ਖੁਦ ਕਰਦਾ ਜੀ, ਮੈਂ ਆਰਟ ਐਂਡ ਕਰਾਫਟ ਟੀਚਰ ਰਿਟਾਇਰ ਹੋਇਆ ਜੀ, 36-39 ਸਾਲ ਸੇਵਾ ਕੀਤੀ ਆ, ਮੈਂ ਆਰਟ ਹੀ ਪੜ੍ਹਾਇਆ ਤੇ ਕਿਸੇ ਵੇਲੇ ਮੈਂ ਕਾਰਟੂਨ ਵੀ ਬਣਾਉਂਦਾ ਰਿਹਾ ਜੀ, ਤੇ ਚਿੱਤਰਕਾਰੀ ਵੀ ਕੀਤੀ ਆ, ਪੇਂਟਿੰਗ ਵੀ ਬਣਾਈਆਂ, ਸਕੈਚਿੰਗ ਵੀ ਕੀਤੀ ਆ ਕਹਾਣੀਆਂ ਕਵਿਤਾਵਾਂ ਦੇ ਨਾਲ ਜੀ, ਤੇ ਉਹ ਜਿਹੜਾ ਮੇਰਾ ਤਜਰਬਾ ਹੈਗਾ ਹੁਣ ਕੰਮ ਆਉਂਦਾ ਸੋਸ਼ਲ ਮੀਡੀਆ ਤੇ, ਉਹ ਜਿਹੜੇ ਸਾਰੇ ਸ਼ੇਅਰ ਆਰਟ ਦੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਮੇਰੀਆਂ ਆਪਣੀਆਂ ਬਣੀਆਂ ਹੁੰਦੀਆਂ। ਬਹੁਤ ਬਹੁਤ ਖੂਬ। ਤੇ ਹਾਂ, ਜਿਹੜੀ ਫੋਟੋਗ੍ਰਾਫੀ ਹੈ ਕੋਈ ਆਰਟ ਵਰਕ ਹੈ ਉਹ ਕਿਤੇ ਮੈਂ ਸੋਸ਼ਲ ਮੀਡੀਆ ਤੇ ਵੀ ਲੈ ਲੈਂਦਾ ਜੀ, ਤੇ ਉਹਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਆ ਕਿ ਨਵਿਆਂ ਤੇ ਪੁਰਾਣਿਆਂ ਨੂੰ ਬਰਾਬਰ ਜਿਹੜਾ ਸਥਾਨ ਹੈ ਉਹ ਵਾਰੀ ਵਾਰੀ ਦਿੱਤਾ ਜਾਵੇ ਜੀ ਜੀ। ਸੋ ਉਹ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਕਿ ਖਾਸ ਤੌਰ 'ਤੇ ਨਵੇਂ ਸ਼ਾਇਰਾਂ ਨੂੰ ਉਡੀਕ ਹੁੰਦੀ ਹੈ ਨਾ ਕਿ ਕਿਸ ਸ਼ਾਇਰ ਦਾ ਨਾਮ ਆਏਗਾ ਜਾਂ ਸਾਡਾ ਕਦੋਂ ਆਏਗਾ, ਮਤਲਬ ਉਤਸੁਕਤਾ ਉਸ ਸ਼ੇਅਰ ਉਸ ਕੋਲਮ ਦੇ ਪ੍ਰਤੀ ਬਣੀ ਹੋਈ ਹੈ। ਰੋਸ਼ਨ ਸਾਹਿਬ, ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ, ਵਕਤ ਮੈਨੂੰ ਤਾਂ ਨਹੀਂ ਲੱਗਿਆ ਪਤਾ ਕਿ ਕਦੋਂ ਗੁਜ਼ਰ ਗਿਆ, ਜਾਂਦੇ ਜਾਂਦੇ ਸ਼ੇਅਰ ਕੁਝ ਨਾ ਤੁਸੀਂ ਸੁਣਾਓ ਤਾਂ ਫਿਰ ਗੱਲ ਮੁਕੰਮਲ ਹੋਣੀ ਨਹੀਂ ਹੈ ਨਾ। ਸਿਰਫ 2-4 ਸ਼ੇਅਰ ਸੁਣਾਵਾਂਗਾ ਕਿਉਂਕਿ ਵਕਤ ਵੀ ਹੈ ਨਹੀਂ ਜੀ। ਇੱਕ ਮਤਲਾ ਤੇ 2 ਸ਼ੇਰ ਜੀ। ਸ਼ਿਮਾ ਕਰਨਾ ਜੀ ਸ਼ਰੋਤੋ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ ਆਇਆਂ ਨੂੰ, ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਮਹਿਮਾਨ ਨੇ ਜਨਾਬ ਗੁਰਦਿਆਲ ਰੋਸ਼ਨ। ਗੁਰਦਿਆਲ ਰੋਸ਼ਨ ਹੋਰੀ ਉਸਤਾਦ ਸ਼ਾਇਰ ਨੇ ਜੀ, ਦੀਪਕ ਗਜ਼ਲ ਸਕੂਲ ਦੇ ਜਾਨਸ਼ੀਨ ਨੇ, ਤੇ ਬਹੁਤ ਸਾਰੇ ਉਹਨਾਂ ਦੇ ਆਪਣੇ ਅੱਗੋਂ ਸ਼ਾਗਿਰਦ ਨੇ, ਪੁਰਾਣੇ ਸ਼ਾਗਿਰਦਾਂ ਦਾ ਵੀ ਉਹ ਮਾਰਗ ਦਰਸ਼ਨ ਕਰਦੇ ਜੀ। ਰੋਸ਼ਨ ਸਾਹਿਬ, ਖਿਮਾ ਕਰਨਾ ਜੇ ਸੱਚ ਪੁੱਛੋ ਤਾਂ ਚਿਰ ਤੱਕ ਤੜਪਣਾ ਚਾਹੁੰਦਾ। ਖਿਮਾ ਕਰਨਾ, ਖਿਮਾ ਕਰਨਾ ਜੇ ਸੱਚ ਪੁੱਛੋ ਤਾਂ ਚਿਰ ਤੱਕ ਤੜਪਣਾ ਚਾਹੁੰਦਾ, ਤੇ ਇਸ ਪਿੱਛੋਂ ਮੈਂ ਆਪਣੇ ਆਪ ਉੱਤੇ ਹੱਸਣਾ ਚਾਹੁੰਦਾ ਜੀ, ਤੇ ਇਸ ਪਿੱਛੋਂ ਮੈਂ ਆਪਣੇ ਆਪ ਉੱਤੇ ਹੱਸਣਾ ਚਾਹੁੰਦਾ। ਗੁਲਾਬੀ ਦਾਦ ਪੀਲੇ ਰੰਗ ਹੁਣ ਜਚਦੇ ਨਹੀਂ ਮੈਨੂੰ ਜੀ, ਗੁਲਾਬੀ ਲਾਲ ਪੀਲੇ ਰੰਗ ਹੁਣ ਜਚਦੇ ਨਹੀਂ ਮੈਨੂੰ, ਮੈਂ ਕੁਝ ਅਸਲੋ ਨਵੇਂ ਰੰਗਾਂ ਦੀ ਬਾਬਤ ਸੋਚਣਾ ਚਾਹੁੰਦਾ। ਕੀ ਬਾਤ ਹੈ, ਬਹੁਤ ਅੱਛੇ। ਮੈਂ ਫੁੱਲ ਤੋੜਨ ਲਈ ਜਦ ਹੱਥ ਵਧਾਇਆ ਤਾਂ ਕਿਹਾ ਉਸਨੇ, ਠਹਿਰ ਜਾ ਸੋਹਣਿਆ ਹਾਲੇ ਮੈਂ ਥੋੜਾ ਮਹਿਕਣਾ ਚਾਹੁੰਦਾ। ਤੋ ਆਖਰੀ ਸ਼ੇਰ ਕਹਿ ਰਿਹਾ, ਲੰਬੀ ਗਜ਼ਲ ਹੈ ਜੀ, ਲਹੂ ਆਪਣਾ ਮੈਂ ਭਰਦਾ ਲੋਚਦਾ ਸਾਰੇ ਗੁਲਾਬਾਂ ਵਿੱਚ।
ਲਹੂ ਆਪਣਾ, ਲਹੂ ਆਪਣਾ ਮੈਂ ਭਰਨਾ ਲੋਚਦਾ ਸਾਰੇ ਗੁਲਾਬਾਂ ਵਿੱਚ, ਤੇ ਇੱਕ ਫੁੱਲ ਤੋੜ ਕੇ ਜੂੜੇ ਚ ਤੇਰੇ ਟੰਗਣਾ ਚਾਹੁੰਦਾ। ਇੱਕ ਫੁੱਲ ਤੋੜ ਕੇ ਜੂੜੇ ਚ ਤੇਰੇ ਟੰਗਣਾ ਚਾਹੁੰਦਾ। ਤੁਹਾਡੇ ਸਰੋਤਿਆਂ ਨੂੰ ਜੀ ਮੇਰਾ ਬਹੁਤ ਬਹੁਤ ਮੇਰੇ ਵੱਲੋਂ ਧੰਨਵਾਦ, ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਮਿਹਰਬਾਨੀ ਰੋਸ਼ਨ ਸਾਹਿਬ, ਤੁਸੀਂ ਸਾਡੇ ਲਈ ਵਕਤ ਕੱਢਿਆ। ਸੋ ਦੋਸਤੋ, ਇਹ ਸੀ ਸਾਡੇ ਅੱਜ ਦੇ ਸ਼ਾਇਰ, ਜਿਨ੍ਹਾਂ ਦੇ ਨਾਲ ਆਪਾਂ ਲੰਬੀਆਂ ਗੱਲਾਂ ਕੀਤੀਆਂ ਔਰ ਸ਼ਾਇਰੀ ਦੇ ਬਾਰੇ 'ਚ ਕਾਫੀ ਕੁਛ ਸਮਝਣ ਨੂੰ ਮਿਲਿਆ। ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਣੀ ਹੈ, ਤੁਸੀਂ ਸਾਨੂੰ ਦੱਸ ਸਕਦੇ ਹੋ। ਅਤੇ ਜਿਹੜੇ ਦੋਸਤਾਂ ਨੇ ਇਹ ਗੱਲਬਾਤ ਅੱਜ ਨਹੀਂ ਸੁਣੀ ਔਰ ਥੋੜ੍ਹਾ ਬਹੁਤ ਲਿਖਣ ਦਾ ਉਹਨਾਂ ਨੂੰ ਸ਼ੌਕ ਹੈ, ਤਾਂ ਉਹ ਇਹ ਗੱਲਬਾਤ ਜ਼ਰੂਰ ਸੁਣਨ। ਕੱਲ੍ਹ ਸਵੇਰੇ 6:30 ਤੁਸੀਂ ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਸੁਣੋਗੇ। ਉਸ ਤੋਂ ਬਾਅਦ ਸਾਡੇ ਯੂਟਿਊਬ ਚੈਨਲ ਦੇ ਉੱਤੇ, ਰੇਡੀਓ ਪੰਜਾਬ ਦੇ ਯੂਟਿਊਬ ਚੈਨਲ ਦੇ ਉੱਤੇ ਅਤੇ ਰੇਡੀਓ ਪੰਜਾਬ ਦੇ ਪੋਡਕਾਸਟ ਵਾਲੇ ਸੈਕਸ਼ਨ ਦੇ ਵਿੱਚ ਤੁਸੀਂ ਇਸ ਨੂੰ ਜਦੋਂ ਚਾਹੋ ਉਦੋਂ ਹੀ ਦੁਬਾਰਾ ਦੁਬਾਰਾ ਸੁਣ ਸਕਦੇ ਹੋ। ਕਈ ਐਸੇ ਨੁਕਤੇ ਸੀ, ਕਿਉਂਕਿ ਤਮਾਮ ਤਕਨੀਕੀ ਗੱਲਾਂ ਤਾਂ ਸ਼ਾਇਦ ਇਸ ਤਰ੍ਹਾਂ ਦੀ ਇੰਟਰਵਿਊ ਦੇ ਵਿੱਚ ਨਹੀਂ ਗਜ਼ਲ ਬਾਰੇ ਜਾਂ ਸ਼ਾਇਰੀ ਬਾਰੇ ਸਮਝਾਈਆਂ ਜਾ ਸਕਦੀਆਂ, ਲੇਕਿਨ ਕੁਛ ਮੋਟੇ ਨੁਕਤੇ ਔਰ ਬੜੀਆਂ ਕੰਮ ਦੀਆਂ ਗੱਲਾਂ ਉਹਨਾਂ ਨੇ ਦੱਸੀਆਂ, ਜਿਨ੍ਹਾਂ ਦਾ ਥੋੜ੍ਹਾ ਜਿਹਾ ਖਿਆਲ ਅਸੀਂ ਰੱਖ ਲਏ, ਸਾਡੀ ਜਿਹੜੀ ਮਤਲਬ ਰਚਨਾ ਹੈ ਉਹਦਾ ਕੋਈ ਮੂੰਹ ਸਿਰ ਬਣ ਸਕਦਾ ਹੈ ਨਾ। ਅਤੇ ਉਮੀਦ ਹੈ ਜੀ ਕਿ ਅੱਜ ਦੀ ਗੱਲਬਾਤ ਦਾ ਮੂੰਹ ਸਿਰ ਤੁਹਾਡੀ ਨਜ਼ਰ ਦੇ ਵਿੱਚ ਬਣ ਗਿਆ ਹੋਵੇਗਾ। ਅਤੇ ਹੁਣ ਵਕਤ ਹੋ ਗਿਆ ਹਰਮੇਲਪ੍ਰੀਤ ਨੂੰ ਇਜਾਜ਼ਤ ਦਿਓ, ਆਪਣਾ ਖਿਆਲ ਰੱਖਿਓ।